ਸੱਚੇ ਰੱਬ ਨੂੰ ਇਸ਼ਕ ਕਰੇ ਕੋਈ ਕੋਈ। ਅੱਜ ਕੱਲ੍ਹ ਸੱਚੇ ਰੱਬ ਨੂੰ ਇਸ਼ਕ ਕਰੇ ਕੋਈ ਕੋਈ, ਸ਼ੋਹਰਤ ਨੂੰ ਹਰ ਕੋਈ ਇਸ਼ਕ ਕਰਦਾ ਏ, ਉਹ ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ਪਤੰਦਰ ਗੋਰੇ ਰੰਗ 'ਤੇ ਹਰ ਕੋਈ ਮਰਦਾ ਏ। ਪਰ ਦੁਨੀਆ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ। ਰੂਪ ਰੰਗ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਯਾਰਾਂ ਦੇ ਮਿੱਠੇ ਬੋਲਾਂ 'ਤੇ ਮਰਦੇ ਹਾਂ, ਤੁਹਾਡੀਆਂ ਤਾੜੀਆਂ ਤੁਹਾਡੀਆਂ ਮੁਸਕਰਾਹਟਾਂ 'ਤੇ ਮਰਦੇ ਹਾਂ। ਸੋ ਵੈਲਕਮ ਐਵਰੀਵਨ, ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਸਾਰਿਆਂ ਦਾ, ਅਤੇ ਘਰ ਬੈਠੇ ਸਾਡੇ ਸਾਰੇ ਵਿਊਅਰਸ ਦਾ ਵੀ। ਸੋ ਫਾਈਨਲੀ ਵੀ ਆਰ ਹੇਅਰ ਵਿਦ ਅ ਗ੍ਰੈਂਡ ਫਿਨਾਲੇ ਆਫ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3। ਸੋ ਆ ਸ਼ੋਅ ਇਜ਼ ਪ੍ਰੈਜੈਂਟਡ ਬਾਈ ਚਲੋ ਫਰੈਸ਼ਕੋ, ਕੈਨੇਡੀਅਨ ਅਤੇ ਸਾਊਥ ਏਸ਼ੀਅਨ ਗਰੋਸਰੀ ਲਈ ਇੱਕੋ ਇੱਕ ਥਾਂ, ਚਲੋ ਫਰੈਸ਼ਕੋ, ਵਰਾਇਟੀ ਵੈਲਿਊ ਵਾਹ। ਕੋ ਪ੍ਰੈਜੈਂਟਡ ਬਾਈ BC ਡੇਅਰੀ ਫਾਰਮਰਸ, ਪ੍ਰਾਊਡ ਟੂ ਬੀ ਐਟ ਯੂਰ ਟੇਬਲ। ਰੇਡੀਓ ਪਾਰਟਨਰ ਕਨੈਕਟ FM ਕੈਨੇਡਾ, ਅਸਲੀ ਰੇਡੀਓ। ਹੋਸਪਿਟੈਲਿਟੀ ਪਾਰਟਨਰ ਕਿਸਮਤ ਇਸਟੇਟ ਵਾਈਨਰੀ। ਅਤੇ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਦੱਸਦੀ ਕਿ ਸਾਡੇ ਸ਼ੈਫ ਜੇ ਵਾਰਡਰੋਬ ਨੂੰ ਸਪੋਂਸਰ ਕੀਤਾ ਹੈ ਬੰਬੇ ਪੌਪ ਵੱਲੋਂ, ਐਂਡ ਆਲਸੋ ਅਸੀਂ ਥੈਂਕਸ ਕਰਨਾ ਚਾਹਾਂਗੇ ਸਾਡੇ ਢੋਲੀ ਬਾਈ ਦਾ, ਸਪੈਸ਼ਲੀ RPD ਭੰਗੜਾ ਅਕੈਡਮੀ ਸਰੀ। ਸੋ ਤਾੜੀਆਂ ਹੋ ਜਾਣ ਜੀ ਸਾਡੇ ਸਾਰੇ ਸਪੋਂਸਰਸ ਦੇ ਲਈ। ਸੋ ਵੈਨਕੂਵਰ, ਜਿਹੜਾ ਕਿ ਜਿੱਥੇ ਪੰਜਾਬੀਆਂ ਨੇ ਕੈਨੇਡਾ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਪੈਰ ਧਰਿਆ, ਅਤੇ ਇਹ ਜਿਹੜਾ ਪੈਰ ਧਰਨਾ ਸੀਗਾ, ਇਹ ਮੋਢੀ ਵੀ ਹੈਗੇ ਨੇ ਇਸ ਗੱਲ ਦੇ ਕਿ ਜਿੱਦਾਂ ਪੰਜਾਬੀ ਸਭ ਦਾ ਵੈਲਕਮ ਕਰਦੇ ਨੇ, ਤੁਸੀਂ ਜਦੋਂ ਵੈਨਕੂਵਰ ਆਓਗੇ, ਜੇ ਤੁਸੀਂ ਨਹੀਂ ਆਏ ਹਾਲੇ ਤੱਕ, ਘਰ ਬੈਠੇ ਹੋ ਇੰਡੀਆ ਵਿੱਚੋਂ ਜਾਂ ਕਿਸੇ ਵਰਲਡ ਦੇ ਕਿਸੇ ਹੋਰ ਕੋਨੇ ਵਿੱਚੋਂ, ਤੁਹਾਨੂੰ ਇੱਥੇ ਦੀ ਜਿਹੜੀ ਇੱਕ ਵਾਈਬ ਹੈ, ਇੱਥੇ ਦੀ ਜਿਹੜੀ ਇੱਕ ਮਹਿਕ ਹੈ, ਤੁਹਾਨੂੰ ਆਪੇ ਮਹਿਸੂਸ ਹੋਣ ਲੱਗ ਜਾਣੀ ਹੈ ਜੀ। ਸੋ ਬਹੁਤ ਕੁਝ ਹੋਏਗਾ ਅੱਜ ਦੇ ਸ਼ੋਅ ਦੇ ਵਿੱਚ, ਪਿਆਰ ਮੁਹੱਬਤ ਅਦਬ ਸਤਿਕਾਰ ਦੀ ਕਹਾਣੀ ਇੱਕ ਵਾਰ ਫਿਰ ਤੋਂ ਲਿਖੀ ਜਾਏਗੀ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦੇ ਗ੍ਰੈਂਡ ਫਿਨਾਲੇ ਵਿੱਚ। ਅਤੇ ਇਸ ਕਹਾਣੀ ਦਾ ਜਿਹੜਾ ਬੈਕਬੋਨ ਹੈ, ਹੁਣ ਆਪਾਂ ਪੂਰੇ ਜੋਸ਼ੋ ਖਰੋਸ਼ ਦੇ ਨਾਲ, ਤਾੜੀਆਂ ਨਾਲ, ਭੰਗੜੇ ਨੱਚਦੇ ਟੱਪਦੇ ਉਹਨਾਂ ਨੂੰ ਇੱਥੇ ਸੱਦਾ ਦੇਣਾ, ਅਤੇ ਤੁਹਾਡੇ ਸਾਰਿਆਂ ਲਈ ਇੱਕੋ ਗੱਲ ਕਿ ਮੁਸਕਰਾਹਟ ਚਿਹਰਿਆਂ ਤੋਂ ਨਹੀਂ ਜਾਣੀ ਚਾਹੀਦੀ। ਕਹਿੰਦੇ ਜ਼ਿੰਦਗੀ 'ਚ ਹੱਸਦੇ ਰਹੋ, ਜ਼ਿੰਦਗੀ 'ਚ ਹੱਸਦੇ ਰਹੋ, ਕਿਉਂਕਿ ਹੱਸਣਾ ਜ਼ਿੰਦਗੀ ਦੀ ਜ਼ਰੂਰਤ ਹੈ। ਜ਼ਿੰਦਗੀ ਜੀਓ ਤਾਂ ਇਸ ਅੰਦਾਜ਼ 'ਚ ਜੀਓ ਯਾਰੋ, ਕਿ ਤੁਹਾਨੂੰ ਵੇਖ ਕੇ ਲੱਗੇ ਵਾਹ ਜ਼ਿੰਦਗੀ ਕਿੰਨੀ ਖੂਬਸੂਰਤ। ਸੋ ਇਹ ਜ਼ਿੰਦਗੀ ਤੁਹਾਡੇ ਕਰਕੇ ਖੂਬਸੂਰਤ ਹੈ। ਸੋ ਅੱਜ ਮੈਂ ਉਸ ਸ਼ਖਸ ਨੂੰ ਇਸ ਮੰਚ ਦੇ ਉੱਤੇ ਸੱਦਾ ਦੇਣ ਜਾ ਰਿਹਾ ਜਿਨ੍ਹਾਂ ਨੇ ਇਸ ਸ਼ੋਅ ਨਾਲ ਜੁੜ ਕੇ ਸਾਡਾ ਮਾਣ ਵਧਾਇਆ। ਪਲੀਜ਼ ਵੈਲਕਮ ਵਿਦ ਅ ਹਿਊਜ ਰਾਊਂਡ ਆਫ ਅਪਲੌਜ਼, ਵਿਦ ਅ ਹਿਊਜ ਸਮਾਈਲਸ ਔਨ ਯੋਰ ਫੇਸਿਸ, ਵਨ ਐਂਡ ਓਨਲੀ ਸ਼ੈਫ ਵਿਕਰਮ ਵੇਜ। ਕਿਆ ਬਾਤ ਹੈ, ਗ੍ਰੈਂਡ ਫਿਨਾਲੇ ਅਤੇ ਤੁਹਾਡਾ ਇਹ ਗ੍ਰੈਂਡ ਵੈਲਕਮ ਕਿੱਦਾਂ ਦਾ ਲੱਗਿਆ? ਅਤੇ ਮੈਂ ਤਾਂ ਬਹੁਤ ਸਾਰੀਆਂ ਗੱਲਾਂ ਸਾਰਿਆਂ ਨਾਲ ਕਰ ਲਈਆਂ ਨੇ, ਤੁਸੀਂ ਹੁਣ ਰੂਬਰੂ ਹੋ ਰਹੇ ਹੋ ਅੱਜ, ਕੀ ਕਹਿਣਾ ਚਾਹੁੰਦੇ? ਮੈਂ ਤੁਹਾਡਾ ਸਭ ਤੋਂ ਦਿਲੋਂ ਧੰਨਵਾਦ ਕਰਨਾ। ਆਈ ਐਮ ਟਰੂਲੀ ਹੰਬਲਡ ਕਿ ਅੱਜ ਮੈਨੂੰ ਇਸ ਮੌਕਾ, ਇਸ ਜਗ੍ਹਾ 'ਤੇ ਮੌਕਾ ਮਿਲਿਆ ਕਿ ਵੀ ਮੈਂ ਤੁਹਾਡੇ ਨਾਲ ਬਹਿ ਕੇ ਐਜ਼ ਬ੍ਰਦਰ ਐਂਡ ਐਜ਼ ਅ ਸਿਸਟਰ ਕਿ ਤੁਸੀਂ ਸਾਡੇ ਕੋਲ ਆਏ, ਸਾਡੇ ਕੋਲ ਸਾਨੂੰ ਖਾਣਾ ਖਵਾਇਆ, ਇੰਨਾ ਪਿਆਰ ਨਾਲ ਦੋਨਾਂ ਨੂੰ ਇੰਨਾ ਪਿਆਰ ਦਿਖਾਇਆ, ਐਂਡ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦੇ ਵਿੱਚ
ਤੁਸੀਂ ਪਾਰਟੀਸੀਪੇਟ ਕੀਤਾ, ਇਸ ਗੱਲ ਦਾ ਮੈਂ ਤੁਹਾਨੂੰ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਤੁਹਾਡੇ ਸਾਰਿਆਂ ਦਾ। ਸੋ ਇਹ ਪਿਆਰ ਦੀਆਂ ਜਿਹੜੀਆਂ ਪਿੰਗਾਂ ਨੇ ਜੀ, ਇਹਨਾਂ ਦੀ ਜਿਹੜੀ ਸਾਂਝਾਂ ਨੇ ਆਪਾਂ ਪਾਉਂਦੇ ਰਹਾਂਗੇ, ਕਿਉਂਕਿ ਅੱਜ ਸਮਾਂ ਮਿਲਿਆ ਬਹੁਤ ਔਖਾ। ਮੇਰੇ ਖਿਆਲ 'ਚ ਬਾਹਰ ਤਾਂ ਮੈਂ ਦੇਖ ਰਿਹਾ ਬੜਾ ਔਖਾ ਸਮਾਂ ਮਿਲਦਾ ਇਕੱਠੇ ਬਹਿਣ ਦਾ, ਇੱਕ ਪਰਿਵਾਰ ਨੂੰ ਇਕੱਠੇ ਬਹਿਣ ਦਾ ਔਖਾ ਸਮਾਂ ਮਿਲਦਾ, ਇੱਥੇ ਤਾਂ ਆਪਾਂ ਕਿੰਨੇ ਪਰਿਵਾਰ ਇਕੱਠੇ ਬੈਠੇ ਹਾਂ ਜੀ। ਸੋ ਗੱਲਾਂ ਬਹੁਤ ਸਾਰੀਆਂ ਕਰਨੀਆਂ ਨੇ, ਬਟ ਬਿਫੋਰ ਦੈਟ ਪਰਿਵਾਰ ਦੀ ਗੱਲ ਹੋ ਰਹੀ ਹੈ। ਜਿੱਦਾਂ ਕਿ ਮੈਂ ਕਿਹਾ ਸੀਗਾ ਕਿ ਪਰਿਵਾਰ ਦੇ ਵਿੱਚੋਂ ਐਤਕੀ ਸਪੋਰਟ ਹੋਰ ਜ਼ਿਆਦਾ ਸਾਹਮਣੇ ਆਈ ਹੈ, ਕੋਈ ਕੈਮਲੂਪਸ ਤੋਂ ਤਿੰਨ ਤਿੰਨ ਚਾਰ ਚਾਰ ਘੰਟੇ ਦੀ ਡਰਾਈਵ ਕਰਕੇ ਸਪੈਸ਼ਲੀ ਸ਼ੋਅ ਲਈ ਪਾਰਟੀਸਪੇਟ ਕਰਨ ਲਈ ਪਹੁੰਚਿਆ, ਅਤੇ ਕੋਈ ਆਪਣੀ ਫੈਮਿਲੀ ਦੇ ਨਾਲ ਪਿੱਛੇ ਕੋਈ ਬੱਚੇ ਵੀ ਸਮਾਨ ਚੁੱਕ ਕੇ ਲੈ ਕੇ ਆ ਰਹੇ ਨੇ, ਕੋਈ ਸਾਡੀ ਬੈਕ ਕਿਚਨ ਦੇ ਵਿੱਚ ਅਦਰ ਦੈਨ ਕੰਪੀਟੀਸ਼ਨ ਸਾਡੇ ਲਈ ਕੁੱਕ ਕਰ ਰਿਹਾ। ਸੋ ਇਹ ਇੱਕ ਦੂਜੇ ਦੀ ਸਪੋਰਟ ਤੋਂ ਬਿਨਾਂ ਨਹੀਂ ਹੋ ਸਕਦਾ ਸੀਗਾ। ਸੋ ਸੇਮ ਗੋਜ਼ ਫੋਰ ਵਿਕਰਮ ਸਰ, ਕਿ ਇਹਨਾਂ ਦੇ ਪਿੱਛੇ ਵੀ ਇਹਨਾਂ ਦੀ ਫੈਮਿਲੀ ਸੀਗੀ, ਬੈਕ ਟੂ ਬੈਕ ਅਸੀਂ ਸ਼ੂਟ ਕਰ ਰਹੇ ਸੀ, ਉੱਤੋਂ ਇਹਨਾਂ ਦੇ ਰੈਸਟੋਰੈਂਟਸ, ਹੋਰ ਕਮਿਟਮੈਂਟਸ ਸਾਰੀਆਂ ਚੱਲ ਰਹੀਆਂ ਸੀਗੀਆਂ। ਸੋ ਇਹਨਾਂ ਦੀ ਫੈਮਿਲੀ, ਇਹਨਾਂ ਦੇ ਫਰੈਂਡਸ, ਉਹ ਇਹਨਾਂ ਨੂੰ ਸਪੋਰਟ ਕਰ ਰਹੇ ਸੀ, ਅਤੇ ਮੈਂ ਚਾਹੁੰਦਾ, ਕਿਉਂਕਿ ਉਹ ਪੰਜਾਬੀ ਭਾਸ਼ਾ ਨਾਲ, ਹਿੰਦੀ ਭਾਸ਼ਾ ਨਾਲ ਇੰਨੇ ਵਾਕਿਫ ਨਹੀਂ ਹੈਗੇ, ਪਰ ਇੱਕ ਜਜ਼ਬੇ ਨਾਲ ਅੱਜ ਹਿੰਦੁਸਤਾਨੀ ਅਟਾਇਰ ਦੇ ਵਿੱਚ ਇੱਥੇ ਪਹੁੰਚੇ ਨੇ। ਸੋ ਆਈ ਵੁੱਡ ਲਵ ਕਿ ਆਪਾਂ ਸਾਰੇ ਉਹਨਾਂ ਦਾ ਵੈਲਕਮ ਕਰੀਏ, ਅਤੇ ਭੰਗੜਾ ਇੱਥੇ ਢੋਲੀ ਭਾਅ ਜੀ ਸਾਡੇ ਨਾਲ ਨੇ ਜੀ, RPD ਇਹਨਾਂ ਦਾ ਗਰੁੱਪ ਹੈ, ਅਤੇ ਮੈਂ ਚਾਹੁੰਦਾ ਕਿ ਆਪਾਂ ਢੋਲ ਦੀ ਥਾਪ 'ਤੇ ਅੱਜ ਕਾਹਤੋਂ ਨਾ ਉਹਨਾਂ ਨੂੰ ਨਾਲ ਨਚਾਈਏ। ਵਾਹ ਜੀ ਵਾਹ, ਥੈਂਕ ਯੂ ਸੋ ਮਚ। ਸੋ ਹਾਸੇ ਮੁਸਕਰਾਹਟਾਂ ਨਾਲ ਹੁਣ ਆਪਾਂ ਆਪਣੇ ਸਫ਼ਰ ਨੂੰ ਯਾਦ ਵੀ ਕਰਾਂਗੇ ਹੌਲੀ ਹੌਲੀ। ਮੈਂ ਤੁਹਾਨੂੰ ਦੱਸ ਦਿੰਦਾ ਕਿ ਕਿਉਂਕਿ ਜਿੱਦਾਂ ਕਿ ਸਰ ਨੇ ਦੱਸਿਆ, ਵਿਨਰਸ ਤੁਸੀਂ ਸਾਰੇ ਹੈਗੇ ਹੋ, ਪਰ ਫੋਰਮੈਟ ਹੈ, ਮੁਕਾਬਲਾ ਹੈ, ਮੁਕਾਬਲੇ 'ਚ ਇੱਕ ਜਣਾ ਤਾਂ ਅੱਗੇ ਪਿੱਛੇ ਹੋਏਗਾ, ਬਟ ਵੀ ਆਲ ਲਵ ਯੂ ਅਲੋਟ। ਅਤੇ ਇਹ ਕਿੱਦਾਂ ਕਿੱਦਾਂ ਅਸੀਂ ਪ੍ਰੋਸੀਡ ਕਰਾਂਗੇ, ਪਹਿਲਾਂ ਸਾਰੀ ਫੈਮਿਲੀਜ਼ ਬਾਰੇ ਗੱਲ ਕਰਾਂਗੇ, ਕੁਝ ਜਿਹੜੀਆਂ ਯਾਦਾਂ ਨੇ ਉਹਨਾਂ ਨੂੰ ਫਿਰ ਤੋਂ ਤਾਜ਼ਾ ਕਰਾਂਗੇ, ਫਿਰ ਵਾਟ ਨੈਕਸਟ ਉਹ ਮੈਂ ਤੁਹਾਨੂੰ ਫਿਰ ਨਾਲ ਦੀ ਨਾਲ ਦੱਸਦੇ ਜਾਵਾਂਗਾ, ਹੈ ਨਾ ਜੀ? ਹਾਂਜੀ। ਲਓ ਜੀ, ਹੁਣ ਆਪਾਂ ਗੱਲ ਕਰਦੇ ਹਾਂ ਸਾਡੇ ਕੰਟੈਸਟੈਂਟਸ ਦੇ ਬਾਰੇ, ਉਹਨਾਂ ਦੇ ਸਫ਼ਰ ਦੇ ਬਾਰੇ, ਕਿ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਵਿੱਚ ਉਹਨਾਂ ਦਾ ਜਿਹੜਾ ਸਫ਼ਰ ਸੀਗਾ ਉਹਨੂੰ ਵਿਕਰਮ ਵਿੱਚ ਜੀ ਕਿੱਦਾਂ ਯਾਦ ਕਰਦੇ ਨੇ। ਸੋ ਸਰ, ਸਭ ਤੋਂ ਪਹਿਲਾਂ ਅਸੀਂ ਰੁਪਿੰਦਰ ਜੀ ਬਾਰੇ ਗੱਲ ਕਰਾਂਗੇ। ਦੇਖੋ, ਮੈਂ ਜਦੋਂ ਵੀ ਕੋਈ ਕੰਪੀਟੀਸ਼ਨ ਦੇ ਵਿੱਚ ਜੱਜ ਕਰਨਾ, ਮੈਂ ਹਮੇਸ਼ਾ ਕੋਸ਼ਿਸ਼ ਕਰਨਾ ਕਿ ਐਜ਼ ਸੂਨ ਐਜ਼ ਉਹ ਕੰਪੈਟੀਟਰ ਯੂ ਨੋ ਵਾਕ ਆਊਟ ਆਫ ਦ ਸਟੇਜ ਹੋਵੇ, ਮੈਂ ਉਹਦੇ ਨੋਟਸ ਲਿਖ ਲੈਂਦਾ, ਕਿਉਂਕਿ ਫਿਰ ਯਾਦ ਕਰਨਾ ਬੜਾ ਮੁਸ਼ਕਿਲ ਹੁੰਦਾ ਕਿ ਕਿੱਥੇ ਗਏ, ਕੀ ਕੀਤਾ, ਕੀ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਜਿਹੜੇ ਫਸਟ ਕੰਟੈਸਟੈਂਟ ਹੈਗੇ ਸੀ ਉਹ ਰੁਪਿੰਦਰ ਜੀ ਆਏ ਸੀ, ਇਹਨਾਂ ਨੇ ਛੋਲੇ ਭਟੂਰੇ ਅਤੇ ਟਿੱਕੀ ਬਣਾਈ ਸੀ, ਯਾਦ ਹੈ ਤੁਹਾਨੂੰ? ਪਹਿਲੇ ਦਿਨ ਆਏ ਸਰ ਤੁਸੀਂ, ਅਤੇ ਇਹਨਾਂ ਦੇ ਹੱਥ 'ਚ ਬਹੁਤ ਹੀ ਮਿਠਾਸ ਸੀ, ਇੱਕ ਇਹੋ ਜਿਹਾ ਖੜਾ ਮਸਾਲਾ ਲੈ ਕੇ ਆਏ ਸੀ ਜਿਹੜਾ ਇਹਨਾਂ ਨੇ ਘਰ ਦੇ ਵਿੱਚ ਭੁੰਨਿਆ ਸੀ। ਉਸ ਮਸਾਲੇ ਦੀ ਜਿਹੜੀ ਛੋਲੇ ਭਟੂਰੇ ਅਤੇ ਜਿਹੜੀ ਟਿੱਕੀ ਸੀ ਉਹਦੇ 'ਚ ਬਹੁਤ ਵਧੀਆ ਉਹਨਾਂ ਦੀ ਸਮੈਲ ਆ ਰਹੀ ਸੀ। ਥੋੜ੍ਹਾ ਜਿਹਾ ਤੁਸੀਂ ਨਰਵਸ ਹੈਗੇ ਸੋ, ਕਿਉਂਕਿ ਆਫਟਰ ਆਲ ਕੈਮਰੇ ਦੇ ਉੱਤੇ ਪਹਿਲੀ ਦਫਾ ਆਉਣਾ ਕਾਫੀ ਮੁਸ਼ਕਿਲ ਹੈ, ਐਂਡ ਥੋੜ੍ਹੇ ਨਰਵਸ ਹੈਗੇ ਸੋ। ਇਸ ਵਾਸਤੇ ਮੈਨੂੰ ਲੱਗ ਰਿਹਾ ਸੀ ਕਿ ਹਾਲਾਂਕਿ ਤੁਹਾਡੀ ਐਕਸਪਰਟੀਜ਼ ਖਾਣੇ ਦੀ ਬਹੁਤ ਵਧੀਆ ਸੀ, ਬਹੁਤ ਸੋਹਣਾ ਤੁਸੀਂ ਖਾਣਾ ਬਣਾਉਂਦੇ ਹੋ, ਲੇਕਿਨ ਥੋੜ੍ਹੇ ਜਿਹੇ ਨਰਵਸ ਹੈਗੇ ਸੋ, ਐਂਡ ਮੇ ਬੀ ਬਿਕੋਜ਼ ਕੈਮਰਾ ਸੀ ਜਾਂ ਲਾਈਟਸ ਹੁੰਦੀਆਂ ਕਰਕੇ। ਬਟ ਤੁਸੀਂ ਖਾਣਾ ਬੜਾ ਪਿਆਰ ਨਾਲ ਬਣਾਇਆ, ਬਹੁਤ ਹੀ ਸਵਾਦ ਸੀ, ਅਤੇ ਸਾਨੂੰ ਦੋਨਾਂ ਨੂੰ ਬੜਾ ਚੰਗਾ ਲੱਗਾ। ਬਿਲਕੁਲ ਜੀ, ਬਿਲਕੁਲ। ਅਤੇ ਮੈਂ ਤਾਂ ਕਹਿ ਰਿਹਾ ਸੀਗਾ ਕਿ ਜਿਹੜੀ ਆ ਕੇ ਡਿਸ਼ ਟੇਸਟ ਕੀਤੀ ਹੈ, ਕਿਉਂਕਿ ਜਦੋਂ ਮੈਂ ਉੱਥੋਂ ਦਿੱਲੀ ਤੋਂ ਚੜਿਆ ਸੀ ਜਹਾਜ਼, ਅਤੇ ਉੱਥੋਂ ਨਾ ਉਹ ਜਿੱਥੇ ਵੀ ਛੋਲੇ ਭਟੂਰੇ ਪਏ ਹੁੰਦੇ ਨੇ ਤਾਂ ਬੰਦਾ ਨਾ ਚਾਹੁੰਦੇ ਵੀ ਧਿਆਨ ਉੱਧਰ ਨੂੰ ਖਿੱਚਿਆ ਚਲੇ ਜਾਂਦਾ, ਬੇਸ਼ੱਕ ਖੁਸ਼ਬੂ ਹੋਵੇ ਜਾਂ ਉਹਦਾ ਸਾਈਜ਼ ਹੋਵੇ। ਸੋ ਮੈਨੂੰ ਨਹੀਂ ਪਤਾ ਸੀ ਕਿ ਇੱਥੇ ਆ ਕੇ ਵੀ
ਘਰ ਦੇ ਬਣੇ ਹੋਏ ਛੋਲੇ ਭਟੂਰੇ ਟੇਸਟ ਕਰਨ ਨੂੰ ਮਿਲਣਗੇ। ਸੋ ਸਾਡੀਆਂ ਕੁਝ ਇੱਦਾਂ ਦੀਆਂ ਯਾਦਾਂ ਨੇ ਜੀ ਰੁਪਿੰਦਰ ਜੀ ਨਾਲ, ਇੱਕ ਵਾਰ ਤਾੜੀਆਂ ਹੋ ਜਾਂਦੀਆਂ ਉਹਨਾਂ ਲਈ। ਥੈਂਕ ਯੂ ਫੋਰ ਯੋਰ ਪਾਰਟੀਸਪੇਸ਼ਨ। ਸੋ ਸੈਕਿੰਡ ਕੰਟੈਸਟੈਂਟ ਜਿਨ੍ਹਾਂ ਬਾਰੇ ਅਸੀਂ ਗੱਲ ਕਰਨੀ ਹੈ ਜੀ, ਉਹਨਾਂ ਦਾ ਨਾਂ ਹੈ ਹਿਤੇਸ਼ਵਰ ਸ਼ਰਮਾ, ਜਲੰਧਰ ਤੋਂ ਨੇ ਉਹ। ਅਤੇ ਉਹਨਾਂ ਦੇ ਨਾਲ ਜਦੋਂ ਉਹ ਆਏ ਇੱਥੇ, ਉਹਨਾਂ ਦੇ ਦੋ ਭਰਾ, ਸਕੇ ਭਰਾ, ਮਤਲਬ ਇਹ ਤਿੰਨ ਸਕੇ ਭਰਾ ਹੋ ਗਏ, ਤਿੰਨੇ ਇੱਥੇ ਰਹਿੰਦੇ ਨੇ। ਅਤੇ ਹੁਣ ਮੈਂ ਇਹ ਕਹਿ ਸਕਦਾ ਕਿ ਜਾਂ ਤਾਂ ਉਹ ਕਿਸੇ ਕੁੜੀ ਨੂੰ ਪੱਕਾ ਕਰਨਗੇ ਜਾਂ ਫਿਰ ਆਪ ਪੱਕੇ ਹੋਣਗੇ ਕਿਸੇ ਕੁੜੀ ਦੇ ਸਿਰ 'ਤੇ, ਬਟ ਉਹ ਡਿਜ਼ਰਵਿੰਗ ਬੈਚਲਰਸ ਹੈਗੇ ਨੇ। ਇਹ ਤਾਂ ਮੈਂ ਆਪਣੇ ਵੱਲੋਂ ਐਡ ਕਰ ਰਿਹਾ। ਉਹਨੇ ਮੈਨੂੰ ਕਿਹਾ ਸੀ ਬਾਈ ਨੇ, ਮਾੜੀ ਜੀ ਗੱਲ ਕਰ ਦੀ। ਸੋ ਬਾਕੀ ਜਿਹੜੀ ਖਾਣੇ ਦੀ ਗੱਲ ਹੈ ਉਹਦੇ ਬਾਰੇ ਹੁਣ ਵਿਕਰਮ ਵਿੱਚ ਹੀ ਦੱਸਣਗੇ। ਹਿਤੇਸ਼ਵਰ ਸ਼ਰਮਾ ਨੇ ਅਫਗਾਨੀ ਚਿਕਨ ਬਣਾਇਆ ਸੀ। ਹੁਣ ਅਫਗਾਨੀ ਚਿਕਨ ਯੂਨੋ ਬੜਾ ਮੁਸ਼ਕਿਲ ਹੁੰਦਾ ਬਣਾਉਣਾ, ਕਿਉਂਕਿ ਜਿਹੜੀ ਇਹਨਾਂ ਨੇ ਸਮੋਕਿੰਗ ਕੀਤੀ ਸੀ ਉਹਦੇ 'ਚ, ਦਹੀਂ ਦੇ ਵਿੱਚ ਕੋਲਾ ਲਾ ਕੇ ਉਹਨੂੰ ਦਹੀਂ ਨੂੰ ਸਮੋਕ ਕਰਨਾ, ਉਹ ਬੜਾ ਮੁਸ਼ਕਿਲ ਹੁੰਦਾ। ਕਿਸੇ ਦੇ ਘਰ ਜਾ ਕੇ ਉਹਨੂੰ ਸਮੋਕ ਕਰਨਾ, ਉਹਨੂੰ ਬਰਨ ਕਰਕੇ ਉਹਨੂੰ ਮੈਰੀਨੇਟ ਕਰਨਾ, ਬਟ ਇਹਨਾਂ ਨੇ ਵਾਕਈ ਦਿਖਾਇਆ ਕਿ ਇਹਨਾਂ ਨੂੰ ਕਿੰਨੀ ਐਕਸਪਰਟੀਜ਼ ਹੈ ਇਸ ਅਫਗਾਨੀ ਚਿਕਨ ਦੇ ਵਿੱਚ ਬਣਾਉਣ ਵਾਸਤੇ। ਦਹੀਂ ਅਤੇ ਯੂਜ਼ ਆਫ ਸਪਾਈਸਿਸ ਬੜੇ ਅੱਛੇ ਸੀ, ਬੜੇ ਸਟਰੋਂਗ ਸੀ, ਐਂਡ ਸਭ ਤੋਂ ਜ਼ਿਆਦਾ ਸੀ ਕਿ ਸਵਾਦ ਬੜਾ ਸੀ ਵਾਕਈ। ਮਤਲਬ ਉਹ ਮਸਾਲੇ ਵਾਲਾ ਚਿਕਨ ਜਿਹੜਾ ਸੀ ਨਾ, ਉਹ ਮਤਲਬ ਮੈਲਟ ਹੋ ਰਿਹਾ ਸੀ ਮੂੰਹ ਦੇ ਵਿੱਚ, ਬੋਨ ਦੇ ਉੱਤੋਂ, ਮਤਲਬ ਇਟ ਵਾਜ਼ ਮੈਲਟਿੰਗ, ਬੜਾ ਹੀ ਸਵਾਦ ਸੀ। ਮੈਨੂੰ ਥੋੜ੍ਹਾ ਜਿਹਾ ਲੱਗਾ ਕਿ ਆਪਣੇ ਪ੍ਰੈਜੈਂਟੇਸ਼ਨ ਜਿਹੜੀ ਹੈ ਨਾ, ਉਹ ਉਸ ਪਾਸੇ ਤੁਸੀਂ ਜ਼ਿਆਦਾ ਧਿਆਨ ਨਹੀਂ ਦਿੱਤਾ, ਕਿਉਂਕਿ ਪ੍ਰੈਜੈਂਟੇਸ਼ਨ ਬੜੀ ਇੰਪੋਰਟੈਂਟ ਚੀਜ਼ ਹੈ। ਅਸੀਂ ਜਿੱਥੇ ਰਹਿੰਦੇ ਹਾਂ, ਜਿਸ ਦੇ ਕੰਟਰੀ 'ਚ ਰਹਿੰਦੇ ਹਾਂ, ਉੱਥੇ ਅਗਰ ਖਾਣਾ ਦੀ ਸ਼ਕਲ ਨਾ ਚੰਗੀ ਹੋਵੇ ਤਾਂ ਉਹ ਵੈਸੇ ਥੋੜ੍ਹਾ ਜਿਹਾ ਲੱਗਦਾ ਕਿ ਯਾਰ ਇਹ ਕੀ ਬਣਾਇਆ। ਇਸ ਵਾਸਤੇ ਪ੍ਰੈਜੈਂਟੇਸ਼ਨ ਦੇ ਉੱਤੇ ਅਗਰ ਤੁਸੀਂ ਥੋੜ੍ਹਾ ਜਿਹਾ ਧਿਆਨ ਦਿੰਦੇ ਤਾਂ ਮੇਰਾ ਖਿਆਲ ਹੈ ਕਿ ਯੂ ਨੋ ਇਟ ਵੁੱਡ ਹੈਵ ਬੀਨ ਅ ਲਿਟਲ ਬਿਟ ਬੈਟਰ ਐਜ਼ ਵੈਲ। ਤਾੜੀਆਂ ਹੋ ਜਾਂਦੇ। ਆਲਰਾਈਟ, ਤੀਸਰੇ ਕੰਟੈਸਟੈਂਟ ਜਿਨ੍ਹਾਂ ਬਾਰੇ ਅਸੀਂ ਹੁਣ ਗੱਲ ਕਰਨ ਜਾ ਰਹੇ ਹਾਂ ਜੀ, ਉਹਨਾਂ ਦਾ ਰਹੇ ਰਮਿੰਦਰ। ਰਮਿੰਦਰ ਜੀ ਤਿੰਨ ਸ਼ਹਿਰਾਂ ਨਾਲ ਤਾਲੁਕ ਰੱਖਦੇ ਨੇ ਹਿੰਦੁਸਤਾਨ ਦੇ ਵਿੱਚ, ਪੰਜਾਬ ਦੇ ਵਿੱਚ, ਅੰਮ੍ਰਿਤਸਰ, ਫਿਰ ਮੁੰਬਈ ਅਤੇ ਚੰਡੀਗੜ੍ਹ। ਇਹ ਤਿੰਨ ਸ਼ਹਿਰਾਂ ਦਾ ਕੋਂਬੀਨੇਸ਼ਨ ਹੈ ਅਤੇ ਤਿੰਨੇ ਬਹੁਤ ਖੂਬਸੂਰਤ ਅਤੇ ਇਤਿਹਾਸਿਕ ਸ਼ਹਿਰ ਵੀ। ਅੰਮ੍ਰਿਤਸਰ ਇਤਿਹਾਸਿਕ ਸ਼ਹਿਰ ਹੈ, ਮੁੰਬਈ ਕਮਰਸ਼ੀਅਲ ਕੈਪੀਟਲ ਆਪਾਂ ਕਹਿ ਦਿੰਦੇ ਹਾਂ, ਅਤੇ ਚੰਡੀਗੜ੍ਹ ਦ ਸਿਟੀ ਬਿਊਟੀਫੁੱਲ ਆਫ ਏਸ਼ੀਆ ਉਹਨੂੰ ਕਿਹਾ ਜਾਂਦਾ। ਸੋ ਇਹ ਇਹਨਾਂ ਦੀ ਜਿਹੜੀ ਪਰਸਨੈਲਿਟੀ ਹੈ, ਇਹਨਾਂ ਦੇ ਪਰਿਵਾਰ ਵਿੱਚ ਜਿਹੜਾ ਇਹਨਾਂ ਦਾ ਰਚਣ ਦਾ ਇੱਕ ਢੰਗ ਸੀਗਾ, ਉਹ ਵੀ ਇਹਨਾਂ ਦੇ ਤਿੰਨੇ ਸ਼ਹਿਰਾਂ ਦਾ ਸੁਮੇਲ ਖਾਂਦਾ ਹੋਇਆ ਸੀਗਾ। ਬੜੇ ਹਸਮੁੱਖ ਜੇ ਸਾਰੇ ਜਣੇ ਆ ਕੇ ਮਿਲੇ, ਇਹਨਾਂ ਦੇ ਫਰੈਂਡਸ ਵੀ ਇਹਨਾਂ ਦੇ ਨਾਲ ਆਏ, ਥ੍ਰੀ ਮਸਕਿਟੀਅਰਸ, ਉਹਨਾਂ ਨਾਲ ਗਰੋਸਰੀ ਵੀ ਮੈਂ ਕੀਤੀ ਪਹਿਲੀ ਵਾਰ ਉੱਥੇ ਸਟੋਰ ਦੇ ਵਿੱਚ ਜਾ ਕੇ। ਸੋ ਬੜਾ ਖੁਸ਼ ਮਿਜ਼ਾਜ਼ ਪਰਿਵਾਰ ਹੈ ਸਾਰਾ ਇਹ। ਅਤੇ ਬਾਕੀ ਰਹੀ ਗੱਲ ਡਿਸ਼ ਦੀ, ਉਹਦੇ ਬਾਰੇ ਹੁਣ ਸਰ ਦੱਸਣਗੇ ਜੀ। ਰਮਿੰਦਰ ਜੀ ਨੇ ਡਿਸ਼ ਬਣਾਈ ਸੀ, ਉਹਦਾ ਨਾਂ ਸੀ ਰਗੜਾ ਚਿਕਨ। ਅਤੇ ਡਿਸ਼ ਜਦੋਂ ਅਸੀਂ ਖਾਧੀ, ਉਹ ਵਾਕਈ ਮਸਾਲਾ ਐਂ ਵਧੀਆ ਭੁੰਨਿਆ ਹੋਇਆ ਸੀ, ਬਿਲਕੁਲ ਐਂ ਕੜਾਈ ਚਿਕਨ ਵਕਨ, ਜਿਸ ਤਰ੍ਹਾਂ ਕਹਿੰਦੇ ਨਾ ਕਿ ਮੈਂ ਮਸਾਲਾ ਬਲੈਕ ਐਂਡ ਆਲਮੋਸਟ ਮਸਾਲਾ ਸਟਾਈਲ ਸੀ, ਉਹ ਬੜਾ ਹੀ ਸਵਾਦ ਸੀ। ਉਹ ਤੁਸੀਂ ਜਦੋਂ ਜਾਂ ਰੁਮਾਲੀ ਰੋਟੀ ਨਾਲ ਜਾਂ ਨਾਨ ਦੇ ਨਾਲ ਜਾਂ ਕੋਈ ਵੀ ਚੀਜ਼ ਨਾਲ ਖਾਂਦੇ ਹੋ, ਉਹ ਬਹੁਤ ਹੀ ਸਵਾਦ ਸੀ, ਬੜਾ ਮਜ਼ਾ ਆਇਆ ਖਾ ਕੇ। ਉੱਪਰੋਂ ਸਭ ਤੋਂ ਵਧੀਆ ਗੱਲ ਇਹ ਸੀ ਕਿ ਤੁਹਾਡੀ ਪ੍ਰੈਜੈਂਟੇਸ਼ਨ ਬੜੀ ਸੀ, ਜਿਹੜੀ ਤੁਸੀਂ ਫਰੈਂਡਸ ਦੇ ਨਾਲ ਇੱਕ ਵੈਜੀਟੇਰੀਅਨ ਬਿਰਿਆਨੀ ਲੈ ਕੇ ਆਏ ਸੋ, ਬਾਕੀ ਟੇਬਲ ਜਿਸ ਤਰ੍ਹਾਂ ਤੁਸੀਂ ਸਜਾਈ ਸੀ ਉਹ ਵਾਕਈ ਬਹੁਤ ਵਧੀਆ ਸੀ। ਮੈਂ ਇਸ ਗੱਲ ਦਾ ਜ਼ਰੂਰ ਕਹਾਂਗਾ ਕਿ ਵੀ ਦੇਖੋ, ਆਫਟਰ ਆਲ ਇਨੋਵੇਸ਼ਨ ਤਾਂ ਹੈਗੀ ਸੀ ਕਿਉਂਕਿ ਰਗੜਾ ਚਿਕਨ ਹੈ, ਲੇਕਿਨ ਪ੍ਰੈਜੈਂਟੇਸ਼ਨ ਵੀ ਹੈਗੀ ਸੀ। ਬਟ ਸਿੰਪਲਿਸਿਟੀ ਥੋੜ੍ਹੀ ਜ਼ਿਆਦਾ ਸੀ ਕਿ ਮਸਾਲੇ ਵਾਲਾ ਸੁੱਕਾ ਜਿਹਾ ਚਿਕਨ ਸੀ। ਮੈਨੂੰ ਲੱਗਾ ਕਿ ਵੀ ਅਗਰ ਤੁਸੀਂ
ਯੂ ਨੋ ਇੰਨੇ ਵੱਡੇ ਕੰਪੀਟੀਸ਼ਨ 'ਚ ਪਾਰਟ ਲੈ ਰਹੇ ਹੋ ਅਤੇ ਥੋੜ੍ਹਾ ਜਿਹਾ ਉਹਨੂੰ ਕੋਈ ਚੀਜ਼ ਡਿਫਰੈਂਟ ਕਰਨੀ ਚਾਹੀਦੀ ਸੀ, ਤੁਸੀਂ ਉਹ ਆਪਣੇ ਕੰਫਰਟ ਜ਼ੋਨ ਦੇ ਵਿੱਚ ਰਹੇ, ਕਿਉਂਕਿ ਤੁਸੀਂ ਉਹ ਚਿਕਨ ਬਣਾਇਆ ਹੋਇਆ, ਤੁਹਾਨੂੰ ਪਤਾ ਕਿ ਉਹ ਸਵਾਦ ਆ ਚਿਕਨ, ਇਸ ਵਾਸਤੇ ਤੁਸੀਂ ਉਹ ਕੰਫਰਟ ਜ਼ੋਨ ਦੇ ਵਿੱਚ ਰਹੇ। ਮੈਂ ਕੋਸ਼ਿਸ਼ ਕਰ ਰਿਹਾ ਕਿ ਥੋੜ੍ਹੀ ਬਹੁਤੀ ਹੋਰ ਇਨੋਵੇਸ਼ਨ ਕਿਤੇ ਹੁੰਦੀ ਵੁੱਡ ਹੈਵ ਗੋਨ ਅ ਲਿਟਲ ਬਿਟ ਫਰਦਰ, ਬਟ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਕੰਪੀਟੀਸ਼ਨ 'ਚ ਨਹੀਂ ਹੈਗੇ, ਜਾਂ ਮੈਂ ਸਿਰਫ ਤੁਹਾਨੂੰ ਆਪਣੇ ਫੀਲਿੰਗਸ ਦੱਸ ਰਿਹਾ ਕਿ ਉਸ ਸਮੇਂ ਕੀ ਮੇਰੇ ਫੀਲਿੰਗ ਸੀ, ਬਟ ਬਹੁਤ ਹੀ ਸਵਾਦ ਸੀ ਜੀ। ਇੱਕ ਵਾਰ ਤਾੜੀਆਂ ਹੋ ਜਾਣ ਰਮਿੰਦਰ ਜੀ ਲਈ। ਐਂਡ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਦਾ ਕਿ ਇਹ ਜਿਹੜਾ ਬੱਟ ਹੈ ਨਾ, ਇਹਦੇ ਵਿੱਚ ਹੀ ਕਿਤੇ ਪ੍ਰਾਈਜ਼ ਲੁਕਿਆ ਹੋਇਆ ਹੈ, ਇਹਦੇ ਵਿੱਚ ਹੀ ਹੈ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦਾ ਤਾਜ, ਕਿਉਂਕਿ ਬੱਟ ਹਰ ਜਗ੍ਹਾ ਲੱਗਣਾ ਅਤੇ ਬੱਟ ਇਹਨਾਂ ਨੂੰ ਲਗਾਉਣਾ ਵੀ ਪੈਣਾ, ਅਤੇ ਬੱਟ ਮੈਂ ਵੀ ਕਹਿ ਰਿਹਾ ਕਿਉਂਕਿ ਬੱਟ ਤੁਸੀਂ TV ਛੱਡ ਕੇ ਨਹੀਂ ਜਾਣਾ ਹੈਗਾ, ਕਿਉਂਕਿ ਬੱਟ ਇੱਥੇ ਸ਼ੋਅ ਚੱਲਣਾ ਜੀ, ਅਤੇ ਇੱਥੇ ਤਾਜ ਅੱਜ ਕਿਹਦੇ ਸਿਰ 'ਤੇ ਸਜੇਗਾ ਇਹ ਵੀ ਪਤਾ ਲੱਗਣਾ। ਸੋ ਡੋਂਟ ਗੋ ਐਨੀਵੇ, ਵੈਲਕਮ ਬੈਕ ਇਨ ਅ ਸ਼ਾਰਟ ਵਾਈਲ। ਦੇਖਦੇ ਰਹੋ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦ ਗ੍ਰੈਂਡ ਫਿਨਾਲੇ। ਸੋ ਲਓ ਜੀ, ਅਸੀਂ ਗ੍ਰੈਂਡ ਫਿਨਾਲੇ ਵਿੱਚ ਪਹੁੰਚੇ ਹੋਏ ਹਾਂ ਅਤੇ ਇੱਥੇ ਸਾਰੇ ਪਰਿਵਾਰਾਂ ਨਾਲ ਇੱਕ ਵਾਰ ਫਿਰ ਤੋਂ ਮੁਲਾਕਾਤ ਕਰ ਰਹੇ ਹਾਂ ਅਤੇ ਇੱਕ ਦੂਜੇ ਬਾਰੇ ਤਾਂ ਅਸੀਂ ਦੱਸਣਾ ਵੀ ਚਾਹੁੰਦੇ ਹਾਂ ਕਿ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਜਿਹੜਾ ਸਾਡਾ ਕੰਪੀਟੀਟਰ ਸੀਗਾ ਅਤੇ ਉਹਨੇ ਕੀ ਬਣਾਇਆ ਅਤੇ ਉਹਨਾਂ ਦੀ ਯੂ ਨੋ ਫਲੈਸ਼ਬੈਕ ਕੀ ਰਹੀ ਹੈ, ਉਹਨਾਂ ਦੀ ਜਰਨੀ ਕਿੱਦਾਂ ਦੀ ਰਹੀ ਹੈ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦੇ ਵਿੱਚ। ਨੈਕਸਟ ਜਿਹੜੇ ਸਾਡੇ ਕੰਟੈਸਟੈਂਟ ਨੇ ਉਹਨਾਂ ਤੋਂ ਮੈਨੂੰ ਇੱਕ ਗੱਲ ਚੇਤੀ ਆਈ ਹੈ, ਉਸ ਤੋਂ ਪਹਿਲਾਂ ਇੱਕ ਮੈਂ ਗੱਲ ਕਰਦਾ ਕਿਉਂਕਿ ਐਤਕੀ ਅਸੀਂ ਆਪ ਦਾ ਇੱਕ ਕਿਚਨ ਸੈਟਅਪ ਕੀਤਾ ਸੀਗਾ ਅਤੇ ਉੱਥੇ ਬਾਹਰੋਂ ਸਾਰੇ ਕੰਟੈਸਟੈਂਟਸ ਆ ਰਹੇ ਸੀ ਆਪਣੇ ਭਾਂਡੇ ਟਿੰਡੇ ਲੈ ਕੇ, ਹੈ ਨਾ, ਸਬਜ਼ੀਆਂ ਲੈ ਕੇ, ਫਲ ਫਰੂਟ ਲੈ ਕੇ, ਚਮਚੇ ਲੈ ਕੇ, ਸਾਰੇ ਉੱਥੇ ਪਹੁੰਚ ਰਹੇ ਸੀ। ਹੁਣ ਤੁਸੀਂ ਸੋਚੋ ਇੱਕ ਕੁੱਕ ਦੇ ਲਈ, ਖਾਸ ਤੌਰ 'ਤੇ ਜਿਹੜੀਆਂ ਜਿੱਦਾਂ ਮੇਰੇ ਮਦਰ ਨੇ, ਮੇਰੇ ਵਾਈਫ ਨੇ ਜਾਂ ਮੇਰੇ ਦਾਦੀ ਜੀ ਸੀਗੇ, ਤਾਂ ਉਹਨਾਂ ਲਈ ਆਪਣੇ ਭਾਂਡੇ ਇੰਨੇ ਕੁ ਜ਼ਿਆਦਾ ਜ਼ਰੂਰੀ ਨੇ, ਇੰਨੇ ਕੁ ਜ਼ਿਆਦਾ ਅਹਿਮੀਅਤ ਰੱਖਦੇ ਆ ਕਿ ਉਹਨਾਂ ਦੇ ਟਿੰਡੇ ਯਾਨੀ ਕਿ ਉਹਨਾਂ ਦੇ ਬੱਚੇ ਇੰਨੀ ਅਹਿਮੀਅਤ ਨਹੀਂ ਰੱਖਦੇ ਹੈਗੇ। ਉਹ ਕਹਿੰਦੇ ਬੱਚੇ ਜਿੱਥੇ ਮਰਜ਼ੀ ਰੋਲਣ ਉਹਨਾਂ 'ਤੇ ਆ ਜਾਣਾ, ਪਰ ਮੇਰੇ ਭਾਂਡੇ ਨਹੀਂ ਜਾਣੇ ਚਾਹੀਦੇ ਹੈਗੇ। ਸੋ ਇੱਦਾਂ ਜੀ, ਦੇਖੋ ਜੀ, ਸਾਡੇ ਵੀ ਭਾਂਡੇ ਕਈਆਂ ਕੋਲ ਗਏ ਹੋਣੇ ਆ, ਤਾਂ ਉਹਨਾਂ ਨੂੰ ਸਾਂਭ ਕੇ ਰੱਖਿਓ। ਤੁਸੀਂ ਸੋਚ ਲਓ ਕਿ ਇੱਕ ਯਾਦਗਾਰ ਹੀ ਹੈ, ਜੇ ਚਲੇ ਗਏ ਕਿਸੇ ਕੋਲ ਚਮਚਾ ਚਲੇ ਗਿਆ, ਕਿਸੇ ਕੋਲ ਦੁੱਧ ਦਾ ਪੈਕਟ ਵੀ ਲੰਘ ਗਿਆ, ਕਿਸੇ ਕੋਈ ਪਿਆਜ਼ ਹੈ ਨਾ ਗੰਢਿਆਂ ਦੀ ਉਹ ਵੀ ਚਲੇ ਗਿਆ, ਥੈਲੀ ਚਲੇ ਗਈ, ਅਤੇ ਕਿਸੇ ਦੇ ਭਾਂਡੇ ਸਾਡੇ ਕੋਲ ਵੀ ਰਹਿ ਗਏ, ਉਹ ਅਸੀਂ ਫਿਰ ਹੁਣ ਦਈਏ ਕਿ ਨਾ ਦਈਏ। ਅੰਮ੍ਰਿਤਪਾਲ ਜੀ ਦਾ ਪੈਨ, ਇਹਦੀ ਚਰਚਾ ਰੋਜ਼ ਰਾਤ ਨੂੰ ਹੁੰਦੀ ਸੀਗੀ ਕਿ ਅੱਜ ਇਹ ਪਹੁੰਚਿਆ ਕਿ ਨਹੀਂ ਪਹੁੰਚਿਆ, ਤੇ ਇਹਨਾਂ ਦਾ ਫੋਨ ਰੋਜ਼ ਆ ਜਾਣਾ, ਈਮੇਲ ਵੀ ਮੇਰੇ ਖਿਆਲ 'ਚ ਆਈਆਂ ਹੋਣੀਆਂ ਕਿ ਮੇਰਾ ਪੈਨ ਰਹਿ ਗਿਆ ਉੱਥੇ। ਬਟ ਇਹ ਪਿਆਰ ਹੈ, ਅਸੀਂ ਫਿਰ ਸਾਰਿਆਂ ਨੇ ਸੋਚਿਆ, ਅਤੇ ਮੈਂ ਖਾਸ ਤੌਰ 'ਤੇ ਕਿਉਂਕਿ ਤੁਹਾਨੂੰ ਕਾਲ ਤਾਂ ਸਾਡੀ ਟੀਮ ਤੱਕ ਪਹੁੰਚ ਰਹੀਆਂ ਸੀਗੀਆਂ ਤੁਹਾਡੀ ਕਾਲਜ, ਕਹਿੰਦੇ ਯਾਰ ਵੀ ਆਪਾਂ ਨੇ ਦੇਣਾ ਪਰ ਟਾਈਮ ਨਹੀਂ ਲੱਗ ਰਿਹਾ, ਸ਼ੂਟ ਚੱਲੀ ਜਾਂਦਾ, ਹੁਣ ਕੀ ਕਰੀਏ। ਅਤੇ ਉੱਧਰ ਮੈਨੂੰ ਪਤਾ ਕਿ ਸਰਦਾਰ ਸਾਹਿਬ ਔਖੇ ਹੁੰਦੇ ਹੋਣੇ ਆ ਕਿ ਮੈਨੂੰ ਤਾਂ ਮੇਰੇ ਪੈਣ ਦੀ ਬਈ ਸਬਜ਼ੀ ਖਾਣ ਨਹੀਂ ਖਾਣੀ ਹੈ। ਬਟ ਆਲ ਇਨ ਆਲ ਅਸੀਂ ਚਾਹਿਆ ਕਿ ਕਿਉਂ ਨਾ ਇਸ ਮੂਮੈਂਟ ਨੂੰ ਯਾਦ ਕੀਤਾ ਜਾਵੇ, ਕਿਉਂਕਿ ਬਰਤਨ ਮੇਰੇ ਖਿਆਲ 'ਚ ਹਰ ਇੱਕ ਕੁੱਕ ਲਈ ਉਹਦੇ ਬਹੁਤ ਚਹੀਤੇ ਹੁੰਦੇ ਨੇ। ਪਹਿਲਾ ਪਿਆਰ, ਪਹਿਲੀ ਮੁਹੱਬਤ ਜਿਹੜੀ ਬਰਤਨ ਨਾਲ ਹੀ ਹੁੰਦੀ ਹੈ ਕਿਸੇ ਕੁੱਕ ਦੀ। ਸੋ ਅਸੀਂ ਆ ਬਾ ਇੱਜ਼ਤ ਜਿਹੜਾ ਤੁਹਾਡਾ ਪੈਨ ਆ ਤੁਹਾਨੂੰ ਵਾਪਸ ਕਰ ਰਹੇ ਹਾਂ ਸਾਡੀ ਟੀਮ। ਬਟ ਬਿਓਂਡ ਦੈਟ, ਡਿਸ਼ ਬਾਰੇ ਤਾਂ ਸਰ ਗੱਲ ਕਰਨਗੇ, ਪਰ ਮੈਨੂੰ ਯਾਦ ਹੈ ਕਿ ਇਹ ਸਾਡੇ ਸਾਰੀ ਟੀਮ ਲਈ ਬਹੁਤ ਸਾਰਾ ਖਾਣਾ ਲੈ ਕੇ ਆਏ ਸੀਗੇ, ਸਾਗ, ਗੁੜ, ਚਟਣੀ, ਅਤੇ ਅਸੀਂ ਮੇਰੇ ਖਿਆਲ 3-4 ਦਿਨ ਤੜਕਾ ਲਾ ਕੇ ਉਹ ਸਾਗ ਵੀ ਖਾਂਦੇ ਰਹੇ ਹਾਂ। ਪਰ ਥੈਂਕ ਯੂ ਸੋ ਮਚ ਤੁਹਾਡੇ ਪਿਆਰ ਲਈ, ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਂਦੀ ਅੰਮ੍ਰਿਤਪਾਲ ਜੀ, ਥੈਂਕ ਯੂ ਸੋ ਮਚ। ਓਕੇ, ਡਿਸ਼ ਇਹਨਾਂ ਦੀ ਡਿਸ਼ ਬਾਰੇ ਹੁਣ ਦੱਸੋ ਜੀ। ਅੰਮ੍ਰਿਤਪਾਲ ਜੀ ਨੇ ਬਣਾਈ ਸੀ ਮੂਲੀ ਦੇ ਪੇੜੇ, ਜਿਸ ਤਰ੍ਹਾਂ ਬਹੁਤ ਇਨੋਵੇਟਿਵ
ਚੀਜ਼ ਬਣਾਈ ਸੀ ਅਸੀਂ ਮੈਂ ਅੱਜ ਤੱਕ ਮੈਂ ਉਹਦੇ ਬਾਅਦ ਇਹਨੂੰ ਗੂਗਲ ਵੀ ਕੀਤਾ ਇਸ ਡਿਸ਼ ਨੂੰ ਦੇਖਣ ਵਾਸਤੇ ਕਿ ਬਈ ਕਿਹੜੀ ਡਿਸ਼ ਹੈ ਮੈਂ ਕਦੀ ਖਾਧੇ ਨਹੀਂ ਸੀ ਅਤੇ ਮੈਨੂੰ ਪਤਾ ਨਹੀਂ ਸੀ ਕਿ ਵੀ ਇਹਨਾਂ ਦਾ ਸਵਾਦ ਕੀ ਲੱਗੇਗਾ ਕੀ ਨਹੀਂ ਲੱਗੇਗਾ ਮੈਨੂੰ ਲੱਗਾ ਕਿ ਹੋ ਸਕਦਾ ਯੂ ਨੋ ਅਸੀਂ ਮੂਲੀ ਹਮੇਸ਼ਾ ਨਮਕੀਨ ਜਾਂ ਸੇਵਰੀ ਖਾਂਦੇ ਹਾਂ ਮਿੱਠੀ ਮੈਂ ਕਦੀ ਵੈਸੇ ਜ਼ਿਆਦਾ ਖਾਧੀ ਨਹੀਂ ਸੀ ਗਾਜਰ ਖਾਧੀ ਹੋਈ ਹੈ ਤੁਸੀਂ ਯੂ ਨੋ ਘੀਆ ਜ਼ੁਕੀਨੀ ਜਿਹੜੀ ਜਿਹਨੂੰ ਅਸੀਂ ਕਹਿੰਦੇ ਉਹ ਖਾਧੀ ਹੋਈ ਹੈ ਲੇਕਿਨ ਮੂਲੀ ਮੈਂ ਕਦੀ ਇਸ ਤਰ੍ਹਾਂ ਮਿੱਠੇ ਸਟਾਈਲ ਨਾਲ ਨਹੀਂ ਕਦੀ ਖਾਧੀ ਸੀ ਸੋ ਇਹਨਾਂ ਨੇ ਜਿਹੜੇ ਪੇੜੇ ਬਣਾਏ ਸੀ ਉਹਦੇ 'ਚ ਪਾਈਨਐਪਲ ਪਾ ਕੇ ਜਿਹੜਾ ਇਹਨਾਂ ਨੇ ਸ਼ਰਬਤ ਨਾਲ ਫਿਰਨੀ ਵੱਕਣ ਜਿਸ ਤਰ੍ਹਾਂ ਬਣਾਈ ਸੀ ਉਹ ਵੀ ਬਹੁਤ ਹੀ ਸਵਾਦ ਸੀ ਇਹਨਾਂ ਦੀ ਸਭ ਤੋਂ ਵਧੀਆ ਗੱਲ ਸੀ ਕਿ ਇਹਨਾਂ ਦੀ ਪ੍ਰੈਜੈਂਟੇਸ਼ਨ ਇਹਨਾਂ ਨੇ ਐਂਡ ਦੇ ਵਿੱਚ ਫੁੱਲ ਲਗਾ ਕੇ ਐਂਡ ਕੈਂਡਲਸ ਐਂਡ ਉਹ ਲਗਾ ਕੇ ਪੂਰੇ ਜੋਸ਼ ਨਾਲ ਪੂਰੇ ਪਿਆਰ ਨਾਲ ਇਹਨਾਂ ਨੇ ਪ੍ਰੈਜੈਂਟੇਸ਼ਨ ਕੀਤੀ ਸੀ ਅਤੇ ਉਹ ਸਾਨੂੰ ਬਹੁਤ ਹੀ ਚੰਗੀ ਲੱਗੀ ਸੀ ਜੀ ਬਟ ਕੀ ਉਹ ਵਿਨਿੰਗ ਡਿਸ਼ ਹੈ ਉਹ ਤਾਂ ਵਕਤ ਹੀ ਦੱਸੇਗਾ ਨੈਕਸਟ ਕੰਟੈਸਟੈਂਟ ਦੀ ਆਪਾਂ ਗੱਲ ਕਰਦੇ ਹਾਂ ਅਤੇ ਉਹਨਾਂ ਦਾ ਨਾਮ ਬਾਲੀਵੁੱਡ ਫਿਲਮਾਂ ਵਿੱਚ ਬਹੁਤ ਫੇਮਸ ਹੈ ਜੀ ਸੋ ਅੰਜਲੇ ਉਹਨਾਂ ਦੇ ਹਸਬੈਂਡ ਕਹਿੰਦੇ ਉਹਨਾਂ ਨੂੰ ਅੰਜਲੇ ਅੱਜ ਤੁਮਸੇ ਪਿਆਰ ਕਰਤਾ ਹੂੰ ਤੁਮੇ ਮੁਝਸੇ ਕੋਈ ਛੀਨ ਲੇ ਇਹ ਹੋ ਨਹੀਂ ਸਕਤਾ ਔਰ ਸਿਰਫ ਤੁਮ ਮੇਰੀ ਹੋ ਅੰਜਲੇ ਹੈ ਨਾ ਭਾਅ ਜੀ ਕੁਛ ਇੱਦਾਂ ਹੀ ਬੋਲਦਾ ਦਿਲ ਤੁਹਾਡਾ ਬਾ ਫਿਰ ਠੀਕ ਹੈ ਮੈਂ ਚੈੱਕ ਹੀ ਕਰਨਾ ਸੀਗਾ ਬਟ ਅੰਜਲੀ ਜੀ ਇੰਦੌਰ ਤੋਂ ਨੇ ਮੱਧ ਪ੍ਰਦੇਸ਼ ਇੰਦੌਰ ਆਪਣੇ ਹਿੰਦੁਸਤਾਨ ਦਾ ਦਿਲ ਕਹਿ ਸਕਦੇ ਹਾਂ ਆਪਾਂ ਕਿ ਮੱਧ ਦੇ ਵਿੱਚ ਪੈਂਦਾ ਸੈਂਟਰ ਦੇ ਵਿੱਚ ਪੈਂਦਾ ਆਪਾਂ ਅਕਸਰ ਸਾਊਥ ਇੰਡੀਅਨ ਡਿਸ਼ਿਜ਼ ਜ਼ਿਆਦਾ ਖਾਂਦੇ ਹਾਂ ਜਾਂ ਫਿਰ ਨੌਰਥ ਇੰਡੀਅਨ ਡਿਸ਼ਿਜ਼ ਜ਼ਿਆਦਾ ਖਾਂਦੇ ਹਾਂ ਹੈ ਨਾ ਅਤੇ ਮੱਧ ਪ੍ਰਦੇਸ਼ ਦੀ ਡਿਸ਼ ਸਾਡੇ ਲਈ ਵੀ ਟੇਸਟ ਕਰਨਾ ਅਤੇ ਉੱਥੋਂ ਦੀ ਇੱਕ ਕੰਟੈਸਟੈਂਟ ਨੇ ਸਾਡੇ ਸ਼ੋਅ ਦੇ ਵਿੱਚ ਪਾਰਟੀਸਪੇਟ ਕਰਨਾ ਸਾਡੇ ਲਈ ਬੜੀ ਇੱਕ ਵੱਖਰਾ ਜਿਹਾ ਐਕਸਪੀਰੀਅੰਸ ਸੀਗਾ ਅਤੇ ਬਾਕੀ ਉਹਨਾਂ ਦੀ ਡਿਸ਼ ਬਾਰੇ ਸਰ ਸਾਨੂੰ ਚੰਗੀ ਤਰ੍ਹਾਂ ਦੱਸਣਗੇ ਜੀ ਅੰਜਲੀ ਤੁਸੀਂ ਗੱਟੇ ਦੀ ਸਬਜ਼ੀ ਬਣਾਈ ਸੀ ਹੁਣ ਜਿਹਨਾਂ ਨੂੰ ਨਹੀਂ ਪਤਾ ਗੱਟੇ ਵੈਸੇ ਬੇਸਣ ਦੇ ਜਿਸ ਤਰ੍ਹਾਂ ਯੂ ਨੋ ਜਿਹਨਾਂ ਨੂੰ ਅਸੀਂ ਮੀਟ ਬੋਲਸ ਵੈਜੀਟੇਰੀਅਨ ਮੀਟ ਬੋਲਸ ਵੀ ਕਹਿ ਸਕਦੇ ਹਾਂ ਜਾਂ ਵੈਜੀਟੇਰੀਅਨ ਮੀਟ ਬੋਲਸ ਗੱਟੇ ਦੀ ਸਬਜ਼ੀ ਜਿਹੜੀ ਹੈ ਉਹ ਬਣਦੀ ਹੈ ਬੇਸਿਕਲੀ ਉਹ ਆਉਂਦੀ ਰਾਜਸਥਾਨ ਤੋਂ ਹੈ ਦਾਲ ਬਾਟੀ ਚੂਰਮਾ ਵੱਕਣ ਬਟ ਮੱਧ ਪ੍ਰਦੇਸ਼ ਦੇ ਵਿੱਚ ਮੈਂ ਕਦੀ ਇਹੋ ਜਿਹੀ ਸਬਜ਼ੀ ਜਿਹੜੀ ਹੈ ਉਹ ਟੇਸਟ ਨਹੀਂ ਕੀਤੀ ਸੀ ਮੈਂ ਸੱਚੀ ਦੱਸਣਾ ਇਹ ਹੈਗੇ ਨੇ ਇੰਦੌਰ ਦੇ ਅਤੇ ਮੈਂ ਵੈਸੇ ਮਤਲਬ ਖਾਧੀ ਤਾਂ ਹੋਈ ਇਹੋ ਜਿਹੀ ਸਬਜ਼ੀਆਂ ਬਟ ਹੱਥ ਵਾਲੀ ਹੱਥ ਦੇ ਨਾਲ ਬਣਾਈ ਹੋਈ ਗੱਟੇ ਦੀ ਸਬਜ਼ੀ ਬਹੁਤ ਵਧੀਆ ਸੀ ਇਹਨਾਂ ਦਾ ਘੋਲ ਬੜਾ ਵਧੀਆ ਸੀ ਜਦੋਂ ਇਹਨਾਂ ਨੇ ਉਹਨੂੰ ਉਬਾਲਿਆ ਉਬਾਲਣ ਦੇ ਬਾਅਦ ਉਹਨੂੰ ਜਦੋਂ ਫਰਾਈ ਕੀਤਾ ਅਤੇ ਸਬਜ਼ੀ ਦੇ ਵਿੱਚ ਵਾਕਈ ਹੀ ਤੁਹਾਨੂੰ ਲੋੜ ਹੀ ਨਹੀਂ ਕਿ ਤੁਸੀਂ ਵੈਜੀਟੇਰੀਅਨ ਹੋ ਜਾਂ ਨੌਨ ਵੈਜੀਟੇਰੀਅਨ ਹੋ ਉਹ ਟੈਕਸਚਰ ਜਿਹੜਾ ਉਹ ਤੁਹਾਨੂੰ ਬੜਾ ਵਧੀਆ ਲੱਗਦਾ ਉਹ ਸਵਾਦ ਲੱਗਦਾ ਮੂੰਹ ਦੇ ਵਿੱਚ ਖਾਣਾ ਰੋਟੀ ਦੇ ਨਾਲ ਬੜਾ ਵਧੀਆ ਸੀ ਸਿਰਫ ਮੈਨੂੰ ਇਹ ਗੱਲ ਦਾ ਰਹਿ ਗਿਆ ਕਿ ਤੁਸੀਂ ਇੰਦੌਰ ਨੂੰ ਰੀਪ੍ਰਜੈਂਟ ਕੀਤਾ ਇਤਨਾ ਬੜੀਆ ਯੂ ਨੋ ਸ਼ੇਰੋ ਸ਼ਾਇਰੀ ਔਰ ਬਾਕੀ ਕੁਛ ਸੀ ਤਾਂ ਅਗਰ ਥੋੜ੍ਹੀ ਜਿਹੀ ਹੋਰ ਪ੍ਰੈਜੈਂਟੇਸ਼ਨ ਹੁੰਦੀ ਤਾਂ ਸੋਨੇ 'ਤੇ ਸੁਹਾਗਾ ਹੋ ਜਾਣਾ ਸੀ ਇਤਨਾ ਵਧੀਆ ਹੋ ਜਾਣਾ ਸੀ ਡਿਸ਼ ਆਪਕੀ ਬਹੁਤ ਬੜੀਆ ਥੀ ਅਬ ਇਹ ਜਿੱਤੇਗੀ ਜਾਂ ਨਹੀਂ ਜਿੱਤੇਗੀ ਇਹ ਤਾਂ ਫਿਰ ਬਸ ਥੋੜ੍ਹੀ ਦੇਰ ਤੱਕ ਪਤਾ ਲੱਗੇਗਾ ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਣ ਜੀ ਅੰਜਲੀ ਜੀ ਲਈ ਨੈਕਸਟ ਕੰਟੈਸਟੈਂਟ ਦੇ ਬਾਰੇ ਹੁਣ ਗੱਲ ਕਰਦੇ ਹਾਂ ਜੀ ਆਪਾਂ ਲਵਪ੍ਰੀਤ ਕੌਰ ਜੀ ਜੋ ਕਿ ਤਰਨ ਤਾਰਨ ਤੋਂ ਨੇ ਗੁਰੂਆਂ ਦੀ ਧਰਤੀ ਤੋਂ ਨੇ ਅਤੇ ਗੁਰਸਿੱਖ ਪਰਿਵਾਰ ਹੈ ਜੀ ਸਾਰਾ ਅਤੇ ਲਵਪ੍ਰੀਤ ਕੌਰ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦੀ ਸੇਵਾ ਵੀ ਕਰਦੇ ਨੇ ਡਿਊਟੀ ਵੀ ਨਿਭਾਉਂਦੇ ਨੇ ਅਤੇ ਉਹਨਾਂ ਦਾ ਸਾਰਾ ਪਰਿਵਾਰ ਬੱਚੀਆਂ ਦੋ ਨਿੱਕੀਆਂ ਨਿੱਕੀਆਂ ਸੀਗੀਆਂ ਜਿਨ੍ਹਾਂ ਨੇ ਸਾਨੂੰ ਸ਼ਬਦ ਸੁਣਾਏ ਉੱਥੇ
ਅੱਜ ਮੇਰੇ ਖਿਆਲ 'ਚ ਉਹ ਇੱਥੇ ਨਹੀਂ ਆਈ ਹੈਗੀ ਨਾਲ, ਵੀ ਆਰ ਮਿਸਿੰਗ ਦੈਮ। ਪਰ ਬਹੁਤ ਇੱਕ ਸੋਹਣਾ ਜਿਹਾ ਪਰਿਵਾਰ ਹੈ ਜੀ ਇਹਨਾਂ ਨੇ। ਸੋ ਬਾਕੀ ਜਿਹੜੀ ਰਹੀ ਡਿਸ਼ ਦੀ ਗੱਲ, ਉਹ ਹੁਣ ਸਾਨੂੰ ਵਿਕਰਮ ਵੀਰ ਜੀ ਦੱਸਣਗੇ। ਅਤੇ ਲਵਪ੍ਰੀਤ ਜੀ ਨੇ ਜਿਹੜੀ ਡਿਸ਼ ਬਣਾਈ ਸੀ ਉਹ ਹੈਗੀ ਸੀ ਵੈਜੀਟੇਰੀਅਨ ਮਨਚੂਰੀਅਨ। ਚਾਈਨੀਜ਼ ਡਿਸ਼ ਨੂੰ ਇੰਡੀਅਨਾਈਜ਼ਡ ਕਰਕੇ, ਚਾਈਨੀਜ਼ ਡਿਸ਼ ਨੂੰ ਇੰਡੀਅਨ ਭਾਂਡਿਆਂ 'ਚ ਬਣਾ ਕੇ, ਕਿਉਂਕਿ ਨੋਰਮਲੀ ਚਾਈਨੀਜ਼ ਡਿਸ਼ ਨੂੰ ਤੁਸੀਂ ਵੋਕ ਦੇ ਵਿੱਚ ਬਣਾਉਂਦੇ ਹੋ, ਇੰਡੀਅਨਾਈਜ਼ਡ ਬਣਾ ਕੇ ਇਹਨਾਂ ਨੇ ਦਿਖਾਈ ਸੀ ਮਨਚੂਰੀਅਨ। ਮੈਨੂੰ ਸਭ ਤੋਂ ਜ਼ਿਆਦਾ ਇਹਨਾਂ ਦੀ ਗੱਲ ਇਹ ਲੱਗੀ ਕਿ ਤੁਹਾਡਾ ਜਿਹੜਾ ਕੌਨਫੀਡੈਂਸ ਸੀ ਕਿਚਨ ਦੇ ਵਿੱਚ ਕਿ ਮੈਂ ਇਹ ਚਾਈਨੀਜ਼ ਡਿਸ਼ ਬਣਾਉਣੀ ਹੈ, ਇਹ ਤਾਂ ਬਹੁਤ ਹੀ ਵਧੀਆ ਸੀ। ਮਤਲਬ ਜਿਸ ਤਰ੍ਹਾਂ ਤੁਸੀਂ ਕਿਹਾ ਉੱਪਰੋਂ ਤੁਹਾਡਾ ਥੋਟ ਪ੍ਰੋਸੈਸ ਕਿ ਇੱਕ ਨੂਡਲਸ, ਐਗਲੈਸ ਨੂਡਲਸ ਲਿਆਉਣੀ, ਕਿਉਂਕਿ ਤੁਸੀਂ ਵੈਜੀਟੇਰੀਅਨ ਹੋ ਕਿ ਬਿਨਾਂ ਅੰਡੇ ਤੋਂ ਨੂਡਲਸ ਲਿਆਉਣੀ, ਕਿੰਨੀ ਵਧੀਆ ਗੱਲ ਸੀ, ਕਿੰਨਾ ਥੋਟ ਪ੍ਰੋਸੈਸ ਸੀ। ਜਿਹੜੀ ਤੁਸੀਂ ਸਪਾਈਸਿਸ ਕੱਟ ਕੇ ਲਿਆਏ ਸੋ, ਜਾਂ ਜਿਹੜੇ ਤੁਸੀਂ ਹਲਦੀ ਵੀ ਪਾਈ ਐਂਡ ਦੇ ਵਿੱਚ ਨੂਡਲਸ ਦੇ ਵਿੱਚ, ਉਹਨੂੰ ਕਿਸ ਤਰ੍ਹਾਂ ਤੁਸੀਂ ਥੋੜ੍ਹਾ ਜਿਹਾ ਇੰਡੀਅਨਾਈਜ਼ਡ ਕਰਤਾ, ਹਾਲਾਂਕਿ ਡਿਸ਼ ਕੌਰਨ ਸਟਾਰਚ ਨਾਲ ਬਣੀ ਗਈ ਸੀ, ਵੈਜੀਟੇਬਲ ਸਟੋਕ ਹੈਗਾ ਸੀ, ਨੂਡਲਸ ਦਾ ਸਵਾਦ ਸੀ, ਉਹ ਸੋਇਆ ਸੌਸ ਉਹਦੇ 'ਚ ਪਾਈ ਹੋਈ ਸੀ, ਪੂਰੀ ਵੈਜੀਟੇਰੀਅਨ ਡਿਸ਼ ਸੀ, ਉਹ ਇੰਨੀ ਵਧੀਆ ਡਿਸ਼ ਸੀ। ਲੇਕਿਨ ਜਦੋਂ ਮੈਂ ਖਾਧੀ ਤਾਂ ਮੈਨੂੰ ਲੱਗਾ ਕਿ ਮੈਂ ਕੋਈ ਚਾਈਨੀਜ਼ ਰੈਸਟੋਰੈਂਟ ਦੇ ਵਿੱਚ ਬੈਠਾ ਹੋਇਆ, ਕਿ ਵੀ ਮੈਨੂੰ ਇਹ ਨਹੀਂ ਲੱਗਾ ਕਿ ਵੀ ਤੁਸੀਂ ਜਿਹੜੀ ਡਿਸ਼ ਹੈ ਇਹ ਕਿਸੇ ਵੈਜੀਟੇਰੀਅਨ ਨੇ ਬਣਾਈ ਹੋਵੇਗੀ। ਸੋ ਖਾਣਾ ਬਹੁਤ ਹੀ ਸਵਾਦ ਸੀ ਐਂਡ ਇਨੋਵੇਸ਼ਨ ਵੀ ਸੀ। ਹੁਣ ਇਹ ਕਹਿਣਾ ਕਿ ਇਹਨਾਂ ਦੀ ਡਿਸ਼ ਵਿਨਿੰਗ ਡਿਸ਼ ਸੀ, ਇਹ ਤਾਂ ਵਕਤ ਹੀ ਦੱਸੇਗਾ, ਬਟ ਕੋਸ਼ਿਸ਼ ਜ਼ਰੂਰ ਤੁਸੀਂ ਕੀਤੀ। ਇਸ ਗੱਲ ਦਾ ਮੈਂ ਤੁਹਾਨੂੰ ਦਿਲੋਂ ਧੰਨਵਾਦ ਕਰਨਾ ਚਾਹੁੰਦਾ। ਜ਼ੋਰਦਾਰ ਤਾੜੀਆਂ ਜੀ ਇਹਨਾਂ ਲਈ। ਨੈਕਸਟ ਕੰਟੈਸਟੈਂਟ ਦੀ ਗੱਲ ਕਰੀਏ ਹੁਣ ਆਪਾਂ, ਅਤੇ ਉਹਨਾਂ ਦਾ ਨਾਂ ਹੈ ਜੀ ਮੁਕਤਾ ਦੱਤਾ ਜੀ। ਦਿੱਲੀ ਤੋਂ ਨੇ ਇਹ ਹਿੰਦੁਸਤਾਨ ਦੀ ਜੇ ਗੱਲ ਕਰੀਏ ਆਪਾਂ, ਪਰ ਇੱਥੇ ਪੂਰਾ ਪਰਿਵਾਰ ਉਹਨਾਂ ਦਾ ਸਾਰਾ ਇਕੱਠੇ ਸਾਰਾ ਪਰਿਵਾਰ ਇੱਥੇ ਆਇਆ ਸੀਗਾ ਸਾਡੇ ਕੋਲ। ਅਤੇ ਨਾ ਸਿਰਫ ਇਹਨਾਂ ਨੇ, ਮੈਂ ਫਿਰ ਜ਼ਿਕਰ ਕਰਦਾ ਕਿ ਨਾ ਸਿਰਫ ਕੰਟੈਸਟ ਦੇ ਲਈ ਇਹਨਾਂ ਨੇ ਕੁੱਕ ਕੀਤਾ, ਬਲਕਿ ਸਾਡੀ ਸਾਰੀ ਟੀਮ ਦੇ ਲਈ ਵੀ। ਬਾਅਦ ਵਿੱਚ ਆਈ ਸਟਿਲ ਰਿਮੈਂਬਰ ਕਿ ਜਿਹੜੇ ਇਹਨਾਂ ਦੇ ਸਾਸੂ ਮਾਂ ਆਏ ਸੀਗੇ, ਉਹ ਜਦੋਂ ਸਭ ਕੁਝ ਹੋ ਗਿਆ ਉਹ ਕਹਿੰਦੇ ਲਿਆ ਮੈਂ ਬਾਕੀਆਂ ਲਈ ਪੂਰੀਆਂ ਤਲਦੀਆਂ, ਜਿੱਥੇ ਤੱਕ ਮੈਨੂੰ ਯਾਦ ਹੈ। ਸੋ ਇਹਨਾਂ ਨੇ ਬਾਅਦ 'ਚ ਸਬਜ਼ੀ ਘੱਟ ਗਈ ਹਾਲਾਂਕਿ, ਅਤੇ ਆਈ ਸਟਿਲ ਰਿਮੈਂਬਰ ਦੈਟ ਸੀਨ ਕਿ ਬਾਅਦ ਵਿੱਚ ਜਿਹੜੀ ਸਬਜ਼ੀ ਪਤੀਲੇ ਨੂੰ ਲੱਗੀ ਹੁੰਦੀ ਹੈ ਉਹ ਇਹਨਾਂ ਨੇ ਕਰਕੇ, ਫਿਰ ਕਿਉਂਕਿ ਟਾਈਮ ਹੋ ਗਿਆ ਸੀ ਇਹਨਾਂ ਨੇ ਉਹਦੇ ਨਾਲ ਰੋਟੀ ਖਾਧੀ, ਉਹਨਾਂ ਉਹਦੇ ਨਾਲ ਪੂਰੀਆਂ ਖਾਧੀਆਂ, ਪਰ ਸਾਰਿਆਂ ਦਾ ਢਿੱਡ ਭਰਿਆ ਪਹਿਲਾਂ, ਬਾਅਦ ਵਿੱਚ ਆਪ ਛਕਿਆ ਜੀ। ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਦੇ ਪਰਿਵਾਰ ਦੇ ਲਈ। ਸੋ ਇਹ ਸਿਰਫ ਇਸ ਪਰਿਵਾਰ ਦੀ ਗੱਲ ਨਹੀਂ, ਹੋਰ ਵੀ ਉੱਧਰ ਰਮਿੰਦਰ ਜੀ ਵੀ ਸਾਡੇ ਲਈ ਬਹੁਤ ਕੁਝ ਲੈ ਕੇ ਆਏ ਸੀ, ਜਿੱਦਾਂ ਕਿ ਸਾਗ ਦੀ ਵੀ ਦੱਸੀ ਮੈਂ, ਇੱਧਰੋਂ ਵੀ ਅਸੀਂ ਪਾਓ ਭਾਜੀ ਖਾ, ਮਤਲਬ ਹਰ ਇੱਕ ਜਿਹੜੀ ਫੈਮਿਲੀ ਸੀਗੀ ਸਾਡੇ ਲਈ ਕੁਛ ਨਾ ਕੁਛ ਜਿਹੜਾ ਪਿੱਛੇ ਦਾ ਜੈਸਚਰ ਹੈ ਉਹ ਸ਼ੋਅ ਕਰਦਾ ਕਿ ਅਸੀਂ ਕਿੱਥੋਂ ਆਏ ਹਾਂ, ਅਸੀਂ ਕਿਹੜੀ ਮਿੱਟੀ ਨਾਲ ਵਾਕਫ ਹਾਂ, ਕਿਹੜੀ ਮਿੱਟੀ ਨਾਲ ਤਾਲੁਕ ਰੱਖਦੇ ਹਾਂ। ਸੋ ਆਲ ਥੈਂਕਸ ਟੂ ਯੂ ਗਾਈਜ਼। ਅਤੇ ਹੁਣ ਡਿਸ਼ ਦੀ ਗੱਲ ਸਰ ਕਰਨਗੇ ਮੁਕਤਾ ਦੱਤਾ ਜੀ। ਤੁਸੀਂ ਆਲੂ ਦੀ ਸਬਜ਼ੀ, ਪਾਲਕ ਦੀ ਪੂੜੀ ਨਾਲ ਹਲਵਾ, ਦਹੀਂ ਅਤੇ ਇੰਨਾ ਕੁਛ ਬਣਾਇਆ ਸਾਡੇ ਵਾਸਤੇ। ਆਲੂ ਦੀ ਸਬਜ਼ੀ ਵਾਕਈ ਬੜੀ ਸਵਾਦ ਸੀ, ਬਹੁਤ ਹੀ ਬੜੀਆ ਸੀ। ਜਿਹੜੀ ਤੁਸੀਂ ਪੂੜੀਆਂ ਬਣਾਈਆਂ ਸਪਿਨਿਚ ਦੀ, ਉਹ ਵੀ ਬਹੁਤ ਵਧੀਆ ਸੀ, ਹੱਥ ਨਾਲ ਗੁੰਨਾ। ਉਸ ਸਮੇਂ ਕੰਪਟੀਸ਼ਨ ਦੇ ਵਿੱਚ
ਯੂ ਨੋ ਜਦੋਂ ਤੁਸੀਂ ਰੋਟੀ ਵੇਲਦੇ ਹੋ ਤੁਹਾਡੇ ਹੱਥ ਨਰਵਸ ਹੁੰਦੇ, ਉਹ ਨਰਵਸਨੈਸ ਜਿਹੜੀ ਸੀ ਉਹ ਨਜ਼ਰ ਆ ਰਹੀ ਸੀ ਕਿ ਬਈ ਦੇਰ ਵਾਜ਼ ਨਰਵਸਨੈਸ ਦੇਰ, ਐਂਡ ਉਹਦੇ ਬਾਅਦ ਤੁਸੀਂ ਆ ਕੇ ਯੂ ਨੋ ਇਹਨਾਂ ਨੇ ਸਪੋਰਟ ਕੀਤੀ ਤੁਹਾਨੂੰ ਖਾਣਾ ਬਣਾਉਣ ਵਾਸਤੇ। ਆਲੂ ਦੀ ਸਬਜ਼ੀ ਵਾਕਈ ਬੜੀ ਸਵਾਦ ਸੀ, ਬਹੁਤ ਅੱਛੀ ਸੀ। ਸਿਰਫ ਇਹ ਗੱਲ ਹੈ ਕਿ ਤੁਸੀਂ ਯੂ ਟਰਾਈਡ ਸੋ ਹਾਰਡ ਇੰਨੀਆਂ ਚੀਜ਼ਾਂ ਬਣਾਉਣ ਦੀ ਕਿ ਜਿਹੜਾ ਫੋਕਸ ਹੁੰਦਾ ਨਾ, ਜਿਹੜੀ ਇੱਕ ਵਿਨਿੰਗ ਡਿਸ਼ ਹੁੰਦੀ ਹੈ ਉਹ ਵਿਨਿੰਗ ਡਿਸ਼ ਜਿਹੜੀ ਹੈ ਉਹ ਡਾਇਲਿਊਟ ਹੋ ਗਈ। ਲੇਕਿਨ ਮਿਹਨਤ ਤੁਸੀਂ ਬੜੀ ਕੀਤੀ ਸੀ ਉਸ ਦਿਨ, ਤੁਹਾਡੀ ਬੇਟੀ ਨਾਲ ਸੀ ਐਂਡ ਤੁਹਾਡੀ ਫੈਮਿਲੀ ਨਾਲ ਸੀ, ਇਹਨਾਂ ਨੇ ਬਹੁਤ ਮਿਹਨਤ ਕੀਤੀ, ਸੋ ਉਸ ਗੱਲ ਦਾ ਮੈਂ ਤੁਹਾਨੂੰ ਦਿਲੋਂ ਧੰਨਵਾਦ ਕਰਨਾ ਚਾਹੁੰਦਾ। ਥੈਂਕ ਯੂ, ਜ਼ੋਰਦਾਰ ਤਾਰੀਆਂ ਜੀ ਉਹਨਾਂ ਦੇ। ਸੋ ਦੋਸਤੋ, ਇਸ ਵਕਤ ਤੁਸੀਂ ਹਿੱਸਾ ਬਣੇ ਹੋਏ ਹੋ ਗ੍ਰੈਂਡ ਫਿਨਾਲੇ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦੇ ਗ੍ਰੈਂਡ ਫਿਨਾਲੇ ਦਾ, ਅਤੇ ਹੋਰ ਬਹੁਤ ਸਾਰੀਆਂ ਗੱਲਾਂ ਅਸੀਂ ਆਪਣੇ ਕੰਟੈਸਟੈਂਟ ਨੂੰ ਲੈ ਕੇ ਇੱਥੇ ਕਰਨੀਆਂ ਨੇ, ਸਾਂਝਾਂ ਪਾਉਣੀਆਂ ਤੁਹਾਡੇ ਨਾਲ ਵੀ, ਸਾਡੇ ਕੰਟੈਸਟੈਂਟ ਦੇ ਨਾਲ ਵੀ। ਸੋ ਛੱਡ ਕੇ ਸਾਨੂੰ ਕਿਤੇ ਨਾ ਜਾਇਓ ਜੀ, ਜਲਦੀ ਦੇ ਕੇ ਵਾਪਸ ਆਏ, ਇੱਕ ਨਿੱਕੀ ਜਿਹੀ ਬ੍ਰੇਕ ਲੈਂਦੇ ਹਾਂ, ਮਿਲਦੇ ਹਾਂ ਆਪਾਂ ਫਿਰ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦੇ ਗ੍ਰੈਂਡ ਫਿਨਾਲੇ ਵਿੱਚ। Right, welcome back everyone to the grand finale of Canada the Super Chef season 3. All right, the 12 contestants de darmiyan eh daavedari ik dooje nu pesh kiti gayi hai Canada the Super Chef season 3 banan di, par taaj sirf ik de sir te aayega, par ik hor par lag reha ji itthe, but ik hor lag reha ki jehde inaamaan di bashaar hai ਉਹ ਸਿਰਫ ਵਿਨਰ ਤੱਕ ਸੀਮਿਤ ਨਹੀਂ ਹੈਗੀ, ਬਲਕਿ ਇਹ ਤੁਹਾਡੇ ਤੱਕ ਵੀ ਪਹੁੰਚੇਗੀ ਜੀ। ਮੈਂ ਤੁਹਾਨੂੰ ਦੱਸ ਦਿੰਦਾ ਸਭ ਤੋਂ ਪਹਿਲਾਂ ਕਿ ਆਪਾਂ 3 ਵਿਨਰਸ ਅਨਾਊਂਸ ਕਰਾਂਗੇ। ਸੈਕਿੰਡ ਰਨਰ ਅਪ ਜਿਹੜਾ ਹੋਏਗਾ ਉਹਨੂੰ ਕੀ ਮਿਲ ਰਿਹਾ, ਇੱਕ ਟਰੋਫੀ ਮਿਲੇਗੀ, ਅਲੋਂਗ ਵਿਦ ਦੈਟ $2,000 ਗ੍ਰੋਸਰੀ ਗਿਫਟ ਵਾਊਚਰ ਬਾਏ ਚਲੋ ਫਰੈਸ਼ਕੋ ਸੈਕਿੰਡ ਰਨਰ ਅਪ ਲਈ, ਐਂਡ ਫਸਟ ਰਨਰ ਅਪ ਲਈ ਟਰੋਫੀ ਪਲੱਸ $4,000 ਗ੍ਰੋਸਰੀ ਗਿਫਟ ਵਾਊਚਰ ਬਾਏ ਚਲੋ ਫਰੈਸ਼ਕੋ, ਐਂਡ ਵਿਨਰ ਦੇ ਲਈ ਟਰੋਫੀ ਐਂਡ $8,000 ਗ੍ਰੋਸਰੀ ਗਿਫਟ ਵਾਊਚਰ ਬਾਏ ਚਲੋ ਫਰੈਸ਼ਕੋ। ਵੈਲ ਇੰਨਾ ਹੀ ਨਹੀਂ ਹੈਗਾ ਜੀ, ਇਸ ਤੋਂ ਅੱਗੇ ਵੀ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਤੋਹਫੇ ਸਾਰਿਆਂ ਦੇ ਲਈ ਹੋਣਗੇ, ਤਾਂ 3 ਵਿਨਰ ਹੋਣਗੇ, ਪਰ ਜਿਹੜੇ 9 ਜਣੇ ਬਚ ਜਾਣਗੇ ਅਸੀਂ ਉਹਨਾਂ ਦਾ ਇੱਕ ਲੱਕੀ ਡਰੋ ਪਾਵਾਂਗੇ, ਅਤੇ ਉਹਦਾ ਨਾਮ ਦਿੱਤਾ ਗਿਆ ਕਿਸਮਤ ਵਿਨਰ। ਸੋ ਕਿਸਮਤ ਇਸਟੇਟ ਵਾਈਨਰੀ ਦੇ ਵੱਲੋਂ ਉਹ ਲੱਕੀ ਡਰੋ ਦੇ ਵਿੱਚੋਂ ਜਿਹਦਾ ਨਾਮ ਨਿਕਲ ਕੇ ਆਏਗਾ 9 ਜਣਿਆਂ ਦੇ ਵਿੱਚੋਂ, ਉਹਨੂੰ ਮਿਲਣਗੇ $2,300 ਗਿਫਟ ਵਾਊਚਰ ਬਾਏ ਕਿਸਮਤ ਵਿਨਰ। ਐਂਡ ਹੋਰ ਵੀ ਸਰਪ੍ਰਾਈਜ਼ ਹੋਏਗਾ, ਉਹ ਫਿਰ ਮੈਂ ਬਾਅਦ 'ਚ ਦੱਸਾਂਗਾ। ਆਲਰਾਈਟ, ਹੁਣ ਆਪਾਂ ਅੱਗੇ ਵੱਧਦੇ ਹਾਂ ਜੀ, ਅਗਲੇ ਕੰਟੈਸਟੈਂਟ ਦੀ ਗੱਲ ਕਰਦੇ ਹਾਂ, ਅਤੇ ਉਹਨਾਂ ਬਾਰੇ ਮੈਂ ਕਹਾਂਗਾ ਕਿ ਉਹ ਜਿੱਦਾਂ ਐਕਸੀਡੈਂਟਲ ਡਿਸ਼ਿਜ਼ ਬਣੀਆਂ ਨੇ ਇੱਥੇ ਕਈ ਸਾਡੇ ਉਹਦੇ ਵਿੱਚ ਸ਼ੋਅ ਦੇ ਵਿੱਚ, ਅਤੇ ਉਹ ਡਿਸ਼ਿਜ਼ ਇਸ ਕੰਪੀਟੀਸ਼ਨ 'ਚ ਕੰਟੈਸਟੈਂਟ ਲੈ ਕੇ ਆਉਣੇ, ਇੱਦਾਂ ਹੀ ਸਾਨੂੰ ਐਕਸੀਡੈਂਟਲ ਕੰਟੈਸਟੈਂਟ ਮਿਲੇ ਨੇ। ਸੋ ਸਾਡੀ ਟੀਮ ਜਿੱਦਾਂ ਕਿ ਕੈਬ ਦੇ ਵਿੱਚ ਜਾ ਰਹੀ ਸੀ, ਕਿਤੇ ਟਰੈਵਲ ਕਰ ਰਹੀ ਸੀ ਇੱਥੇ ਵੈਨਕੂਵਰ ਦੇ ਵਿੱਚ ਹੀ, ਆਪਸ 'ਚ ਉਹਨਾਂ ਦੀਆਂ ਗੱਲਾਂ ਚੱਲ ਰਹੀਆਂ ਸਾਡੇ ਟੀਮ ਮੈਂਬਰ ਦੀਆਂ ਕਿ ਕੋਈ ਬੈਕਆਊਟ ਕਰ ਗਿਆ ਐਕਚੁਅਲੀ ਲਾਸਟ ਮੂਮੈਂਟ 'ਤੇ ਕੋਈ ਕੰਟੈਸਟੈਂਟ, ਅਤੇ ਉਹ ਕਹਿੰਦੇ ਹੁਣ ਆਪਾਂ ਉਹਦੀ ਜਗ੍ਹਾ ਕਿਹਨੂੰ ਲੈ ਕੇ ਆਈਏ, ਕੁਝ ਇੱਦਾਂ ਗੱਲਾਂ ਚੱਲਦੀਆਂ ਰਹੀਆਂ, ਅਤੇ ਕੈਬ ਡਰਾਈਵਰ ਸਾਹਿਬ ਬੜੇ ਧਿਆਨ ਨਾਲ, ਉਹ ਅਕਸਰ ਗੱਲਾਂ ਸਾਰੇ ਹੀ ਸੁਣਦੇ ਰਹਿੰਦੇ ਨੇ, ਨੌਲੇਜ ਰਹਿੰਦੀ ਹੈ ਜਿਹੜਾ ਵੀ ਕੈਬ ਡਰਾਈਵ ਕਰਦਾ, ਧਿਆਨ ਰੱਖਣਾ ਵੀ ਚਾਹੀਦਾ, ਅਤੇ ਉਹਨਾਂ ਨੇ ਗੱਲ ਸੁਣੀ, ਉਹਨਾਂ ਦੇ ਕੰਨ ਪਈ ਵੀ ਕੋਈ ਕੁਕਿੰਗ ਦੀ ਗੱਲ ਹੋ ਰਹੀ ਹੈ, ਅਤੇ ਉਹਨਾਂ ਨੇ ਪੁੱਛਿਆ ਸਾਡੀ ਟੀਮ ਮੈਂਬਰਸ ਨੂੰ, ਤੁਸੀਂ ਕੁਝ ਪ੍ਰੋਫੈਸ਼ਨਲ ਕੁਕਿੰਗ ਦੀ ਗੱਲ ਕਰ ਰਹੇ ਹੋ ਜਾਂ ਕੀ ਹੈ ਇਹ, ਤਾਂ ਟੀਮ ਨੇ ਦੱਸਿਆ ਕਿ ਸਾਡਾ ਇੱਦਾਂ ਬੈਕਆਊਟ ਕਰ ਗਿਆ, ਅਸੀਂ ਕੋਈ ਸ਼ੈਫ ਲੱਭ ਰਹੇ ਹਾਂ ਕਿ ਹੋਰ ਲਾਸਟ ਮੂਮੈਂਟ 'ਤੇ, ਹੈ ਨਾ, ਕੋਈ ਆਪਾਂ ਕੰਟੈਸਟੈਂਟ ਕਿਹਨੂੰ ਮੌਕਾ ਦੇਈਏ ਜਿਹੜਾ ਤਿਆਰੀ ਕਰ ਸਕੇ। ਦੈਨ ਹੀ ਸਡਨਲੀ ਸੈਡ ਕਿ ਜੇ ਤੁਸੀਂ ਮਾਇੰਡ ਨਾ ਕਰੋ ਤਾਂ ਮੇਰੇ ਮੰਮਾ ਜਿਹੜੇ ਨੇ ਉਹ ਬੜਾ ਵਧੀਆ ਕੁੱਕ ਕਰਦੇ ਨੇ,
ਸੋ ਸੋਚੋ ਤੁਸੀਂ ਦਾਣੇ ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਤੇ ਅਸੀਂ ਕਿੱਦਾਂ ਉਹਨਾਂ ਦੇ ਘਰ ਪਹੁੰਚਣਾ ਸੀਗਾ। ਤੇ ਇਹ ਇੱਕੋ ਇੱਕ ਕੰਟੈਸਟੈਂਟ ਨੇ ਸਾਡੇ ਸੀਜ਼ਨ 3 ਦੇ ਵਿੱਚ ਜਿਨ੍ਹਾਂ ਦੇ ਘਰੇ ਗਏ ਆਪਾਂ। ਮੈਂ ਤੁਹਾਡਾ ਦਿਲੋਂ ਧੰਨਵਾਦ ਕਰਨਾ। ਇਹਨਾਂ ਦੀ ਡਿਸ਼ ਸੀ ਦਮ ਆਲੂ ਐਂਡ ਟਮੇਟੋ ਪਨੀਰ। ਇਹਨਾਂ ਦੇ ਹੱਥ ਦੇ ਵਿੱਚ ਜਿੰਨੀ ਮਿਠਾਸ, ਐਂਡ ਇਹਨਾਂ ਨੇ ਉਹ ਡਿਸ਼ ਬਣਾਈ ਜਿਹਦੇ ਵਿੱਚ ਨਾ ਲਸਣ ਪਿਆ, ਨਾ ਅਦਰਕ, ਨਾ ਪਿਆਜ਼, ਦੋਨੋਂ ਚੀਜ਼ਾਂ ਨੂੰ ਇਹਨਾਂ ਨੇ ਬਿਨਾਂ ਉਹ 3 ਮੇਨ ਇੰਗਰੀਡੀਐਂਟਸ ਜਿਹੜੇ ਸਾਡੀ ਕੁਕਿੰਗ ਦੇ ਵਿੱਚ ਹੁੰਦੇ ਨੇ, ਅਨੀਅਨਸ, ਜਿੰਜਰ, ਗਾਰਲਿਕ, ਉਹਦੇ ਬਿਨਾਂ ਇਹਨਾਂ ਨੇ ਦੋਨੋਂ ਚੀਜ਼ਾਂ ਬਣਾਈਆਂ। ਉੱਪਰੋਂ ਜੰਮੂ ਦੀ ਗੱਲਾਂ ਦੱਸੀਆਂ, ਜੰਮੂ ਕਸ਼ਮੀਰ ਜਿਹੜਾ ਉਹ ਸਾਡੇ ਹਿੰਦੁਸਤਾਨੀਆਂ ਵਾਸਤੇ ਤਾਂ ਬਹੁਤ ਹੀ ਮਾਣ ਹੈ, ਜਿਹਨੂੰ ਅਸੀਂ ਤਾਜ ਕਹਿੰਦੇ ਹਾਂ, ਸਾਡਾ ਉਹ ਤਾਜ ਹੈ। ਇਸ ਵਾਸਤੇ ਬਹੁਤ ਹੀ ਵਧੀਆ ਲੱਗਾ। ਐਂਡ ਥੋੜ੍ਹੀ ਜਿਹੀ ਜਿਹੜੀ ਲੈਂਗੁਏਜਿਸ ਇਹਨਾਂ ਨੇ ਬੋਲੀਆਂ, ਡੋਂਗਰੀ, ਇਹਨਾਂ ਦੇ ਇਨਕੇ ਬੇਟੇ ਨੇ ਜੋ ਯੂ ਨੋ ਬਾਤ ਕਰੀ ਡੋਂਗਰੀ ਮੈਂ, ਉਹ ਬੜਾ ਅੱਛਾ ਲੱਗਾ। ਤੋ ਖਾਣਾ ਤੁਹਾਡਾ ਬਹੁਤ ਹੀ ਸਵਾਦ ਸੀ, ਖਾਣਾ ਤੁਹਾਡੇ ਬੜੇ ਪਿਆਰ ਨਾਲ ਤੁਸੀਂ ਬਣਾਇਆ ਸੀ, ਬੜਾ ਵਧੀਆ ਸੀ। ਐਂਡ ਮਤਲਬ ਉਹ ਮਾਂ ਦਾ ਪਿਆਰ, ਮਾਂ ਦੇ ਹੱਥ ਦਾ ਪਿਆਰ ਉਹ ਵਾਕਈ ਖਾਣੇ ਦੇ ਵਿੱਚ ਹੈਗਾ ਸੀ। ਹੁਣ ਗੱਲ ਕਰਦੇ ਹਾਂ ਜੀ ਸਾਡੇ ਅਗਲੇ ਕੰਟੈਸਟੈਂਟ ਦੀ, ਜਿਨ੍ਹਾਂ ਦਾ ਨਾਂ ਹੈ ਜੀ ਮਧੂ ਜੀ। ਅਤੇ ਇਹ ਮੁੰਬਈ ਅਤੇ ਗੋਆ ਇਹਨਾਂ ਨੇ ਆਪਣੀ ਜ਼ਿੰਦਗੀ ਦਾ ਸਫ਼ਰ ਕਾਫੀ ਹੱਦ ਤੱਕ ਉੱਥੇ ਕੱਟਿਆ। ਅਤੇ ਇਹਦੇ ਹਸਬੈਂਡ ਬਹੁਤ ਅੱਛੇ ਆਰਟਿਸਟ ਵੀ ਨੇ ਅਤੇ ਐਕਟਰ, ਥੀਏਟਰ ਐਕਟਰ ਵੀ ਨੇ। ਅਤੇ ਜਿਹੜੀ ਬਾਕੀ ਰਹੀ ਇਹਨਾਂ ਦੀ ਡਿਸ਼ ਦੀ ਗੱਲ, ਉਹਦੇ ਬਾਰੇ ਹੁਣ ਸਰ ਸਾਨੂੰ ਕੁਇਕਲੀ ਦੱਸਣਗੇ। ਮਧੂ ਜੀ ਨੇ ਜਿਹੜੀ ਡਿਸ਼ ਬਣਾਈ ਸੀ ਉਹ ਹੈਗੀ ਸੀ ਕਟਹਲ ਕੇ ਕਬਾਬ, ਕਟਹਲ ਜਿਸਕੋ ਹਮ ਜੈਕ ਫਰੂਟ ਕਹਿੰਦੇ। ਸੋ ਸ਼ੀ ਮੇਡ ਅ ਜੈਕ ਫਰੂਟ। ਤੋ ਇਹਨਾਂ ਨੇ ਜਿਹੜੀ ਜੈਕ ਫਰੂਟ ਦੀ ਕਬਾਬ ਬਣਾਇਆ, ਉਹ ਗੁਲਾਬਟੀ ਕਬਾਬ ਵਕਨ ਹੀ ਸਵਾਦ ਆ ਰਹਾ ਥਾ, ਲੇਕਿਨ ਵੈਜੀਟੇਰੀਅਨ ਥਾ। ਤੋ ਇਹ ਇਸ ਬਾਤ ਕੀ ਬਹੁਤ ਇਨੋਵੇਸ਼ਨ ਥੀ ਕਿ ਵੀ ਕਟਹਲ ਦਾ ਕਬਾਬ ਇੰਨਾ ਸੋਫਟ ਬਣਾਉਣਾ। ਅਟੈਨਸ਼ਨ ਟੂ ਡੀਟੇਲ ਸੀ ਕਿ ਇਹਨਾਂ ਨੇ ਜਿਹੜਾ ਸੀਡ ਦਾ ਜਿਹੜਾ ਹੁੰਦਾ ਕਵਰ ਹੁੰਦਾ ਉਹ ਕੱਢਿਆ ਹੋਇਆ ਸੀ, ਕਿਉਂਕਿ ਉਹ ਬੜਾ ਮੁਸ਼ਕਿਲ ਹੁੰਦਾ ਖਾਣਾ। ਸੋ ਅਟੈਨਸ਼ਨ ਟੂ ਡੀਟੇਲ ਵਾਜ਼ ਦੇਅਰ 100%। ਜਿੱਥੇ ਇਹ ਮਾਤ ਖਾ ਗਏ ਉਹ ਸੀ ਪ੍ਰੈਜੈਂਟੇਸ਼ਨ ਦੇ ਵਿੱਚ ਕਿ 4 ਟਿੱਕੀਆਂ ਰੱਖ ਕੇ ਉਹ ਜਿਹੜੇ ਪਿਆਜ਼ ਸੀ ਐਂਡ ਜਿਹੜੀ 2 ਉਹਨਾਂ ਨੇ ਚਟਨੀਆਂ ਬਣਾਈਆਂ ਸੀ ਉਹ ਮੇਰੇ ਕੋਲ ਥੋੜ੍ਹਾ ਸਾ ਰਿਲੈਕਸਡ ਲਗਾ ਕਿ ਵੀ ਆਪਨੇ ਬਣਾਇਆ ਬੜਾ ਤੋਂ ਬਹੁਤ ਅੱਛਾ ਹੈ, ਮੇਰੇ ਆਪਕੋ ਪਤਾ ਕਿ ਇਹ ਸਵਾਦ ਹੈ, ਲੇਕਿਨ ਉਹ ਪ੍ਰੈਜੈਂਟੇਸ਼ਨ ਜੋ ਹੈ ਉਹ ਕੈਨੇਡਾ ਕੇ ਸੁਪਰ ਸ਼ੈਫ ਕੇ ਲੀਏ ਥੋੜ੍ਹੀ ਸੀ ਔਰ ਹੋਣੀ ਚਾਹੀਦੀ ਥੀ। ਇਹ ਮੈਂ ਸੁਜੈਸ਼ਨ ਹੀ ਕਰ ਰਹਾ ਹੂੰ ਆਪਕੋ, ਕੋਈ ਮਤਲਬ ਕਿਆ ਹੀ ਵੋ ਕੈਨੇਡਾ ਕੀ ਵਿਨਿੰਗ ਡਿਸ਼ ਹੈ, ਦੈਟ ਓਨਲੀ ਟਾਈਮ ਵਿਲ ਟੈਲ। ਸੋ ਇੱਕ ਵਾਰ ਜ਼ੋਰਦਾਰ ਤਾੜੀਆਂ ਜੀ ਮਧੂ ਜੀ ਲਈ। ਆਲਰਾਈਟ, ਤੇ ਹੁਣ ਨੈਕਸਟ ਕੰਟੈਸਟੈਂਟ ਦੀ ਗੱਲ, ਤੇ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸਦਾ ਕਿ ਉਹ ਇਕੱਲੀ ਇੱਕ ਡਿਸ਼ ਨਹੀਂ, ਡਿਸ਼ਿਸ ਸੀਗੀਆਂ, ਤੇ ਸਾਡੇ ਕੈਮਰੇ ਥੋੜੇ ਪੈ ਰਹੇ ਸੀ ਅਸੀਂ ਕਿਹਨੂੰ ਕੈਪਚਰ ਕਰੀਏ ਤੇ ਕਿਹਨੂੰ ਛੱਡੀਏ। ਸੋ ਸਵਰਨਿਮਾ ਜੀ ਸਾਡੇ ਅਗਲੇ ਕੰਟੈਸਟੈਂਟ, ਤੇ ਉਹਨਾਂ ਨੇ ਇੱਕ ਥਾਲੀ ਸਜਾਈ ਸੀਗੀ, ਤੇ ਉਹ ਥਾਲੀ ਦੇ ਵਿੱਚ ਕੀ ਕੁਝ ਸੀਗਾ, ਐਕਸਪੀਰੀਅੰਸ ਕਿਹੋ ਜਿਹਾ ਸੀਗਾ, ਸ਼ੈਫ ਵਿਲ ਚੱਲ। ਸਵਰਨਿਮਾ ਜੀ ਨੇ ਡਿਸ਼ ਬਣਾਈ ਸੀ ਇੰਡੀਆ ਔਨ ਅ ਪਲੇਟ। ਇਹਨਾਂ ਨੇ ਇੱਕ ਡਿਸ਼ ਬਣਾਈ ਗੁਜਰਾਤੀ, ਇੱਕ ਡਿਸ਼ ਬਣਾਈ ਮਰਾਠੀ, ਇੱਕ ਡਿਸ਼ ਬਣਾਈ ਦਾਲ ਮੱਖਣੀ ਪੰਜਾਬੀ ਸਟਾਈਲ,
ਨਾਲ ਰੋਟੀ ਖੀਰ, ਮਤਲਬ ਉਹਨਾਂ ਨੇ ਪੂਰਾ ਇੰਡੀਆ ਨੂੰ ਉਹਦੇ ਪਲੇਟ ਦੇ ਉੱਤੇ ਪ੍ਰੈਜੈਂਟ ਕੀਤਾ ਸੀ ਐਂਡ ਪ੍ਰੈਜੈਂਟੇਸ਼ਨ ਵੀ ਬੜੀ ਵਧੀਆ ਸੀ। ਆਲਰਾਈਟ, ਇੱਕ ਵਾਰ ਜ਼ੋਰਦਾਰ ਤਾੜੀਆਂ ਉਹਨਾਂ ਲਈ ਹੋ ਜਾਣ ਜੀ। ਥੈਂਕ ਯੂ ਗਾਇਸ। ਅਗਲੇ ਕੰਟੈਸਟੈਂਟ ਸਾਡੇ ਜਲੰਧਰ ਤੋਂ ਨੇ। ਜੇ ਆਪਾਂ ਇੰਡੀਆ ਦੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਤੇ ਇੱਕ ਗੱਲ ਹੋਰ ਕਿ ਸਾਡੇ ਇਸ ਕੰਟੈਸਟ ਦੇ ਵਿੱਚ ਜਿੱਦਾਂ ਕਿ 12 ਕੰਟੈਸਟੈਂਟ ਸੀਗੇ ਆਲ ਇਨ ਆਲ, ਅਤੇ ਜਿਨ੍ਹਾਂ ਵਿੱਚੋਂ 10 ਤਾਂ ਲੇਡੀਜ਼ ਨੇ ਅਤੇ ਸਿਰਫ 2 ਮੁੰਡੇ ਸੀਗੇ ਜੀ। ਇੱਕ ਹਿਤੇਸ਼ਵਰ ਨਾਲ ਤੁਹਾਨੂੰ ਮਿਲਾ ਚੁੱਕੇ ਹਾਂ ਅਤੇ ਦੂਸਰੇ ਬਾਈ ਜੀ ਇਹ, ਜਿਨ੍ਹਾਂ ਨੇ ਹਿੰਮਤ ਕੀਤੀ ਹੈ ਇੰਨੀ ਸਾਰੀ ਲੇਡੀਜ਼ ਵਿੱਚ ਆਪਣੀ ਡਿਸ਼ ਬਣਾਉਣ ਦੀ, ਹੈ ਨਾ। ਸੋ ਪਹਿਲਾਂ ਤਾਂ ਇਹਨਾਂ ਦੀ ਹਿੰਮਤ ਲਈ ਦਾਤ ਦਿੰਦਾ ਜੀ ਮੈਂ ਖਾਸ ਤੌਰ 'ਤੇ, ਕਿਉਂਕਿ ਮੈਂ ਇੱਕ ਦਿਨ ਪੰਗਾ ਲੈ ਬੈਠਿਆ, ਮੈਂ ਸੋਚਿਆ ਕਿ 2 ਸੀਜ਼ਨ ਕਰ ਲਏ, ਸ਼ਾਇਦ ਮੈਨੂੰ ਵੀ ਕੁਝ ਗੁਣ ਆ ਗਿਆ ਹੈ ਨਾ ਬਣਾਉਣ ਦਾ, ਅਤੇ ਮੈਂ ਕਿਹਾ ਮੈਂ ਚਲੋ ਫਰੈਸ਼ ਹੋ ਗਿਆ ਅਤੇ ਮੈਂ ਉੱਥੇ ਫਿਰ ਬੇਸਣ ਪਿਆ ਸੀ। ਮੈਂ ਕਿਹਾ ਯਾਰ ਆਪਣੇ ਤਾਂ ਜੇ ਕਿਸੇ ਨੇ ਡਰਿੰਕ ਕਰਨੀ ਹੋਵੇ ਜਾਂ ਚਾਹ ਪੀਣੀ ਹੋਵੇ ਜਾਂ ਕੁਛ ਵੀ ਹੋਵੇ, ਪਕੌੜੇ ਸਭ ਤੋਂ ਪਹਿਲਾਂ ਰੱਖ ਦਿੰਦੇ ਨੇ ਆਪਣੇ ਪਿੰਡਾਂ 'ਚ, ਹੈ ਨਾ। ਅਤੇ ਮੈਂ ਕਿਹਾ ਫਿਰ ਪਕੌੜੇ ਬਣਾਉਣੇ ਆ ਅੱਜ ਸ਼ੈਫ ਵਿਕਰਮ ਵਿਜਲੇ, ਅਤੇ ਬਸ ਜੀ, ਉਹ ਤੋਂ ਬਾਅਦ ਫਿਰ ਮੈਂ ਅਗਲੀ ਗੱਲ ਕਰਨੀ ਨਹੀਂ ਚਾਹੁੰਦਾ। ਉਹ ਪਕੌੜੇ ਸੀ ਕਿ ਡਿਜ਼ਾਸਟਰ ਸੀ, ਉਹ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਖਾ ਰਿਹਾ ਸੀ ਮੈਂ। ਇੱਕ ਇੰਨਾ ਵੱਡਾ, ਇੱਕ ਇੰਨਾ ਛੋਟਾ, ਇੱਕ ਇੰਨਾ ਵੱਡਾ, ਇੱਕ ਇੰਨਾ ਛੋਟਾ, ਮਤਲਬ ਉਹ ਨਾ ਉਹਦੇ 'ਚ ਕੋਈ ਸਵਾਦ, ਕੱਚਾ ਬੇਸਣ ਦਾ, ਕੱਚੇ ਬੇਸਣ ਦਾ ਸਵਾਦ ਆ ਰਿਹਾ ਸੀ ਜਾਂ ਓਵਰ ਕੁਕਡ ਸੀ, ਮਤਲਬ ਪਤਾ ਨਹੀ�ਂ ਲੱਗ ਰਿਹਾ ਸੀ। ਮੈਂ ਕਿਹਾ ਤੂੰ ਇਸ ਤਰ੍ਹਾਂ ਕਰ, ਤੂੰ ਐਂਕਰ ਹੀ ਕਰੀ ਕਰਿਆ ਕਰ, ਇੱਥੇ ਤੂੰ ਰਹਿ, ਸਾਨੂੰ ਖਾਣਾ ਬਣਾਉਣ ਦੇ। ਆਲਰਾਈਟ, ਫਿਲਹਾਲ ਰਾਹੁਲ ਰਾਏ ਜਿਹੜੇ ਕਿ ਮੈਂ ਦੱਸਿਆ ਕਿ ਜਲੰਧਰ ਤੋਂ ਉਹਨਾਂ ਦਾ ਤਾਲੁਕ ਹੈ, ਅਤੇ ਉਹਨਾਂ ਦੀ ਡਿਸ਼ ਬਾਰੇ ਹੁਣ ਸ਼ੈਫ ਵਿਕਰਮ ਵਿੱਚ ਵਿਸਤਾਰ 'ਚ ਦੱਸਣਗੇ ਜੀ। ਬਟ ਸਭ ਤੋਂ ਵੱਡੀ ਗੱਲ ਹੈ ਕਿ ਰਾਹੁਲ ਰਾਏ ਨੇ ਗੋਟ ਮੀਟ ਬਣਾਇਆ ਸੀ। ਅੱਛਾ, ਹੁਣ ਗੋਟ ਮੀਟ ਬੜਾ ਮੁਸ਼ਕਿਲ ਹੁੰਦਾ ਬਣਾਉਣਾ, ਉਹਦੀ ਵਜ੍ਹਾ ਹੈ ਕਿ ਉਹਦੇ 'ਚ ਹੱਡੀਆਂ ਹੁੰਦੀਆਂ, ਉਹਦੇ 'ਚ ਯੂ ਨੋ ਕੁਕਿੰਗ ਕਰਨ ਦਾ ਸਟਾਈਲ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਖਾ ਖਾ ਕੇ ਪਤਾ ਲੱਗਦਾ ਕਿ ਗਲਿਆ ਕਿ ਨਹੀਂ ਗਲਿਆ। ਇਹ ਤਾਂ ਵੈਜੀਟੇਰੀਅਨ ਹੈਗੇ ਨੇ। ਹਾਂ, ਯੈਸ, ਇਹ ਤਾਂ ਵੈਜੀਟੇਰੀਅਨ ਹੈਗੇ ਨੇ। ਹੀ ਇਜ਼ ਅ ਵੈਜੀਟੇਰੀਅਨ, ਹਾਊ ਕੈਨ ਹੀ ਕੁੱਕ ਇੰਡੀਅਨ ਗੋਟ ਮੀਟ। ਹਾਂ, ਇਸ ਗੱਲ ਦੀ ਜ਼ਰੂਰ ਮੈਂ ਕਹਾਂਗਾ ਕਿ ਇਹਨਾਂ ਨੂੰ ਆਪਣੇ ਖਾਣੇ ਦੇ ਵਿੱਚ ਇੰਨਾ ਕੌਨਫੀਡੈਂਸ ਸੀ ਕਿ ਇਹਨਾਂ ਨੇ ਉਹ ਚੀਜ਼ ਬਿਨਾਂ ਟੇਸਟ ਕੀਤੇ, ਉਹਦਾ ਲੂਣ ਵੀ ਪਰਫੈਕਟ ਸੀ, ਉਹਦਾ ਮਸਾਲਾ ਵੀ ਬਿਲਕੁਲ ਠੀਕ ਸੀ, ਅਤੇ ਬਹੁਤ ਹੀ ਵਧੀਆ ਇਹਨਾਂ ਨੇ ਖਾਣਾ ਬਣਾਇਆ ਸੀ। ਅਗਰ ਤੁਸੀਂ ਕੈਨੇਡਾ ਦੇ ਸੁਪਰ ਸ਼ੈਫ ਵਾਸਤੇ ਤੁਸੀਂ ਯੂ ਨੋ ਅਗਰ ਖਿਤਾਬ ਜਿੱਤਣਾ ਹੈ ਤਾਂ ਥੋੜ੍ਹੀ ਬਹੁਤੀ ਇਨੋਵੇਸ਼ਨ ਕਰਨੀ ਤਾਂ ਜ਼ਰੂਰੀ ਹੈ। ਸੋ ਥੋਟ ਪ੍ਰੋਸੈਸ ਜਿਹੜਾ ਹੈ ਉਹ ਥੋੜ੍ਹਾ ਜਿਹਾ ਉਹਨੂੰ ਥਿੰਕਿੰਗ ਨੂੰ ਥੋੜ੍ਹਾ ਚੇਂਜ ਕਰਨਾ ਪਏਗਾ। ਬਟ ਕੀ ਡਿਸ਼ ਹੈ ਇਹਨਾਂ ਦੀ ਹੈਗੀ ਹੈ ਕੈਨੇਡਾ ਦੇ ਸੁਪਰ ਸ਼ੈਫ ਵਾਸਤੇ, ਉਹ ਤਾਂ ਵਕਤ ਹੀ ਦੱਸੇਗਾ। ਵਕਤ ਵਕਤ ਜ਼ਿਆਦਾ ਦੂਰ ਨਹੀਂ ਹੈਗਾ ਜੀ। ਇੱਕ ਵਾਰ ਜ਼ੋਰਦਾਰ ਤਾੜੀਆਂ ਰਾਹੁਲ ਰਾਏ। ਚਲੋ ਜੀ, ਆਪਾਂ ਹਰ ਇੱਕ ਦੇ ਸਫ਼ਰ ਦੀ ਗੱਲ ਕਰ ਰਹੇ ਹਾਂ, ਸਫ਼ਰ ਤੈਅ ਕਰਦੇ ਕਰਦੇ ਹੁਣ ਆਪਾਂ 12ਵੇਂ ਕੰਟੈਸਟੈਂਟ ਦੀ ਗੱਲ ਕਰੀਏ, ਆਖਰੀ ਕੰਟੈਸਟੈਂਟ ਦੀ ਸਾਡੇ ਦੀ ਗੱਲ ਕਰੀਏ, ਅਤੇ ਮੈਂ ਦੱਸਾਂ ਇਹਨਾਂ ਨੇ ਬਹੁਤ ਲੰਬਾ ਸਫ਼ਰ ਤੈਅ ਕਰਕੇ ਨੌਰਥ ਵੈਨਕੂਵਰ ਜਿੱਥੇ ਸਾਡਾ ਸੈਟਅਪ ਸੀਗਾ ਉੱਥੇ ਪਹੁੰਚੇ ਨੇ, ਕੈਮਲੂਪਸ ਤੋਂ ਸਪੈਸ਼ਲੀ ਉਸ ਦਿਨ ਸਵੇਰੇ ਸਵੇਰੇ ਤੜਕੇ ਤੜਕੇ ਉੱਠ ਕੇ ਆਏ, ਅਤੇ ਪਰ ਚਿਹਰੇ 'ਤੇ ਜਮ੍ਹਾਂ ਹੀ ਥਕਾਨ ਨਹੀਂ ਸੀਗੀ। ਖਾਸ ਤੌਰ 'ਤੇ ਇਹਨਾਂ ਦੇ ਜਿਹੜੇ ਹਸਬੈਂਡ ਨੇ ਉਹਨਾਂ ਦਾ ਚਿਹਰਾ ਦੇਖ ਕੇ ਸਾਡਾ ਮਨ ਵੀ ਖੁਸ਼ ਹੋ ਗਿਆ ਸੀ। ਤਿਆਰ ਹੁੰਦੇ ਪਏ ਸੀ ਪਰ ਇੱਕ ਬੜੇ ਦਿਨ ਬਾਅਦ ਹਾਸੀ ਸੁਣਾਈ ਦਿੱਤੀ ਉੱਥੇ, ਹੈ ਨਾ, ਸਾਡੇ ਕੰਟੈਸਟੈਂਟ, ਕਿ ਨਹੀਂ ਤਾਂ ਟੈਨਸ਼ਨ 'ਚ ਆਉਂਦਾ ਹਰ ਕੋਈ ਵੀ ਕਿਵੇਂ ਬਣਾਵਾਂਗੇ ਕੀ ਕਰਾਂਗੇ। ਪਰ ਇਹਨਾਂ ਦੇ ਹਸਬੈਂਡ ਦੀ ਖਾਸ ਤੌਰ 'ਤੇ ਮੈਂ ਤਾਰੀਫ ਕਰਨੀ ਚਾਹਾਂਗਾ ਕਿ ਇਹਨਾਂ ਨੇ ਸਾਰਿਆਂ ਨੂੰ ਵੀ ਖੁਸ਼ ਰੱਖਿਆ ਉੱਥੇ, ਹਾਸੇ ਠਾਠੇ ਪਾਉਂਦੇ ਰਹੇ, ਅਤੇ ਆਪਣੀ ਵਾਈਫ ਨੂੰ ਵੀ ਬਹੁਤ ਸਪੋਰਟ ਕੀਤੀ। ਇਹਨਾਂ ਦੀ ਬੇਟੀ ਵੀ ਨਾਲ ਆਈ ਸੀਗੀ ਆਪਣੀ ਯੂਨੀਵਰਸਿਟੀ ਤੋਂ ਸਪੈਸ਼ਲੀ ਇਹਨਾਂ ਦੀ ਹੈਲਪ ਆਊਟ ਕਰਨ ਦੇ ਲਈ,
ਅਤੇ ਜਿੱਦਾਂ ਕਿ ਮੈਂ ਦੱਸਿਆ ਕਿ ਹੋਰ ਕੰਟੈਸਟੈਂਟਸ ਨੇ ਵੀ ਸਾਡੇ ਲਈ ਖਾਣਾ ਕੁੱਕ ਕਰਦੇ ਰਹੇ ਬਾਅਦ ਵਿੱਚ ਬਿਹਾਈਂਡ ਦਾ ਕੈਮਰਾਜ਼। ਸੋ ਇਹਨਾਂ ਦੀ ਬੇਟੀ ਨੇ ਵੀ ਕਾਫੀ ਹੈਲਪ ਆਊਟ ਕੀਤੀ ਕਿਚਨ ਦੇ ਵਿੱਚ, ਐਂਡ ਥੈਂਕ ਯੂ ਸੋ ਮੱਚ। ਅਤੇ ਤੁਸੀਂ ਐਡੀ ਦੂਰੋਂ ਚੱਲ ਕੇ ਆਏ, ਪਾਰਟੀਸਪੇਟ ਕੀਤਾ। ਬਾਕੀ ਰਹੀ ਗੱਲ ਇਹਨਾਂ ਦੀ ਡਿਸ਼ ਦੀ, ਸੋ ਹੇਅਰ ਵੀ ਗੋ। ਮ੍ਰਿਦੁਲਾ ਜੀ, ਇਹਨਾਂ ਨੇ ਪਾਓ ਭਾਜੀ ਬਣਾਈ ਸੀ। ਪਾਓ ਭਾਜੀ ਜਿਹੜੀ ਹੈ ਉਹ ਸਟਰੀਟ ਫੂਡ ਆਫ ਬੰਬੇ ਹੈ, ਰਾਈਟ? ਸਾਰੀ ਸਬਜ਼ੀਆਂ ਨੂੰ ਮਿਲਾ ਕੇ ਯੂਜ਼ ਕਰਕੇ, ਸਪਾਈਸਿਸ, ਖੱਟਾ ਮਿੱਠਾ, ਯੂ ਨੋ, ਬੜਾ ਹੀ ਸਵਾਦ ਲੱਗਦਾ ਹੈ। ਪਾਓ ਭਾਜੀ ਇਜ਼ ਵਨ ਆਫ ਮਾਈ ਫੇਵਰੇਟ ਡਿਸ਼ਿਸ। ਮੈਂ ਇਹ ਸੱਚੀ ਕਹਿ ਸਕਣਾ ਕਿ ਬਹੁਤ ਹੀ ਸਵਾਦ ਸੀ। ਇੰਨੀ ਦੂਰੋਂ ਤੁਸੀਂ ਆਏ, ਇੰਨੀ ਦੂਰੋਂ ਤੁਸੀਂ ਆ ਕੇ ਯੂ ਨੋ ਸਾਰੇ ਉਹਨੂੰ ਮੈਸ਼ ਕੀਤਾ ਆਲੂਆਂ ਨੂੰ। ਇਹ ਕਹਿਣਾ ਬੜੀ ਵੱਡੀ ਗੱਲ ਹੈ ਕਿ ਸ਼ੀ ਇਜ਼ ਅ PhD ਐਂਡ ਅ ਪ੍ਰੋਫੈਸਰ ਆਫ ਕੰਪਿਊਟਰ ਸਾਇੰਸ ਇਨ ਕੈਮਲੂਪਸ। ਬੜੀ ਵੱਡੀ ਗੱਲ ਹੈ ਕਿ ਪਰ ਦਿਨ ਇਹਨਾਂ ਦੇ ਹਸਬੈਂਡ ਜਿਹੜੇ ਹੈਗੇ ਨੇ ਉਹ ਹੋਰ ਯੂ ਨੋ ਹੰਸਮੁੱਖ ਹੈਗੇ ਨੇ, ਯੂ ਨੋ ਡਾਂਸ ਡੂੰਸ ਕਰਨ ਦਾ ਇਹਨਾਂ ਨੂੰ ਸ਼ੌਕ ਹੈ ਬੜਾ ਵਧੀਆ, ਐਂਡ ਹੀ ਇਜ਼ ਦਾ ਲਾਈਫ ਆਫ ਦਾ ਪਾਰਟੀ ਬੇਸਿਕਲੀ। ਬਟ ਜਿਹੜੀ ਤੁਸੀਂ ਡਿਸ਼ ਬਣਾਈ ਸੀ ਉਹ ਬਹੁਤ ਹੀ ਵਧੀਆ ਸੀ, ਬਹੁਤ ਹੀ ਸਵਾਦ ਸੀ। ਮੈਨੂੰ ਪਤਾ ਕਿ ਮੈਂ ਇੱਕ ਦੋ ਦਫ਼ਾ ਪੁਆਇੰਟ ਆਊਟ ਕੀਤਾ ਕਿ ਤੁਸੀਂ ਮਟਰ ਨਹੀਂ ਪਾਏ, ਤੁਸੀਂ ਗ੍ਰੀਨ ਬੀਨਸ ਪਾਤੇ, ਬਟ ਸਵਾਦਿਸ਼ਟ ਬਹੁਤ ਹੀ ਵਧੀਆ ਸੀ। ਪਾਓ ਵੀ ਬੜੀ ਵਧੀਆ ਸੀ, ਜਿਹੜਾ ਤੁਹਾਡੀ ਪਿਆਜ਼ ਦਾ ਜਿਹੜਾ ਤੁਸੀਂ ਨਾਲ ਪਾਇਆ ਸੀ ਉਹ ਵੀ ਬੜਾ ਬਹੁਤ ਹੀ ਬੜੀਆ ਸੀ। ਸੋ ਓਵਰਆਲ ਖਾਣਾ ਬਹੁਤ ਹੀ ਸਵਾਦ ਥਾ, ਲੇਕਿਨ ਥੋੜ੍ਹਾ ਸਾ ਕੰਫਰਟ ਜ਼ੋਨ ਮੇਂ ਥਾ। ਜ਼ੋਰਦਾਰ ਤਾੜੀਆਂ ਹੋ ਜਾਣ ਜੀ ਮ੍ਰਿਦੁਲਾ ਜੀ ਲਈ। ਸੋ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦਾ ਗ੍ਰੈਂਡ ਫਿਨਾਲੇ ਚੱਲ ਰਿਹਾ ਜੀ, ਅਤੇ ਅੱਜ ਅਸੀਂ ਅਨਾਊਂਸ ਕਰਾਂਗੇ ਕਿ ਕਿਸ ਦੇ ਸਿਰ 'ਤੇ ਸਜੇਗਾ ਤਾਜ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦਾ। ਪਰ ਬਹੁਤ ਕੁਝ ਸੀਗਾ, ਬਹੁਤ ਪੈਰਾਮੀਟਰ ਸੀ, ਸਿਰਫ ਟੇਸਟ ਹੀ ਨਹੀਂ, ਐਤਕੀ ਹੋਰ ਵੀ ਬਹੁਤ ਕੁਝ ਦੇਖਿਆ ਗਿਆ, ਕਿਉਂਕਿ ਕੰਪੀਟੀਸ਼ਨ ਟਫ ਹੁੰਦਾ ਜਾ ਰਿਹਾ ਹੈ। ਟੇਸਟ ਸਾਰਿਆਂ ਦਾ ਵਧੀਆ ਆਉਂਦਾ ਸੀ ਆਪਣੀ ਆਪਣੀ ਡਿਸ਼ ਨੂੰ ਲੈ ਕੇ, ਪਰ ਉਸ ਤੋਂ ਬਾਅਦ ਜਿਹੜੀਆਂ ਹੋਰ ਚੀਜ਼ਾਂ ਦੀ ਗੱਲ ਅਸੀਂ ਇੱਥੇ ਕਰਦੇ ਪਏ ਹਾਂ, ਇਸ ਕਰਕੇ ਕਰ ਰਹੇ ਹਾਂ ਕਿਉਂਕਿ ਜਦੋਂ ਅਸੀਂ ਮਾਰਕਿੰਗ ਕਰਨੀ ਸੀਗੀ ਤਾਂ ਫਿਰ ਨੈਕਸਟ ਵਟ ਨੈਕਸਟ ਵਟ ਨੈਕਸਟ ਵਟ ਨੈਕਸਟ ਵਟ ਐਕਸਪੈਕਟਰ ਕੀ ਹੈਗਾ ਉਹ ਵੀ ਅਸੀਂ ਕਾਊਂਟ ਕਰਨਾ ਸ਼ੁਰੂ ਕਰ ਦਿੱਤਾ। ਸੋ ਕੰਪੀਟੀਸ਼ਨ ਬਹੁਤ ਟਫ ਹੈ, ਵਿਨਰ ਸਿਰਫ ਇੱਕ ਹੋਏਗਾ, ਤਾਜ ਸਿਰਫ ਇੱਕ ਦੇ ਸਿਰ 'ਤੇ ਸਜਾਇਆ ਜਾਏਗਾ, ਪਰ ਨਜ਼ਰਾਂ ਸਾਰਿਆਂ ਦੀ ਟਿੱਕੀਆਂ ਹੋਈਆਂ ਨੇ ਇੱਕੋ ਗੱਲ 'ਤੇ ਕਿ ਕਿਸ ਦੇ ਸਿਰ 'ਤੇ ਸਜੇਗਾ ਤਾਜ। ਇੱਕ ਨਿੱਕੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਸਿਲਸਿਲਾ ਸ਼ੁਰੂ ਕਰਾਂਗੇ ਆਪਾਂ ਇਨਾਮਾਂ ਦਾ। ਦੇਖਦੇ ਰਹੋ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦਾ ਗ੍ਰੈਂਡ ਫਿਨਾਲੇ। ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਦੇਖ ਰਹੇ ਹੋ ਤੁਸੀਂ ਸਾਡੇ ਨਾਲ ਨਾਲ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦਾ ਗ੍ਰੈਂਡ ਫਿਨਾਲੇ। ਐਂਡ ਆਰ ਸ਼ੋਅ ਇਜ਼ ਪ੍ਰੈਜ਼ੈਂਟਡ ਬਾਈ ਚਲੋ ਫਰੈਸ਼ਕੋ, ਕੈਨੇਡੀਅਨ ਤੇ ਸਾਊਥ ਏਸ਼ੀਅਨ ਗ੍ਰੋਸਰੀ ਲਈ ਇੱਕੋ ਇੱਕ ਥਾਂ, ਚਲੋ ਫਰੈਸ਼ਕੋ, ਵੈਰਾਈਟੀ ਵੈਲਿਊ ਵਾਹ। Co-presented by BC Dairy Farmers, proud to be at your table. Radio partner, Connect FM Canada, Asli Radio. Hospitality partner, Kismet Estate Winery. Chalo ji, sir, appa hun mere khayal ch us muqam wal vadh rahe hain, jida intezaar appa sare kar rahe hain, ਅਤੇ ਮੇਰੇ ਖਿਆਲ 'ਚ ਦੁਨੀਆ ਵਿੱਚ ਬੈਠੇ ਜਿਹੜੇ ਵੀ ਸਾਡੇ ਇਸ ਪ੍ਰੋਗਰਾਮ ਨੂੰ ਪਿਆਰ ਕਰਦੇ ਨੇ ਉਹ ਵੀ ਵੇਟ ਕਰ ਰਹੇ ਨੇ ਕਿ ਕਿਹਦੇ ਸਿਰ 'ਤੇ ਇਹ ਤਾਜ ਸਜੇਗਾ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦਾ। ਬਿਲਕੁਲ, ਆਪਾਂ ਸੱਦਾ ਦਈਏ ਜੀ ਫਿਰ। ਅਤੇ ਹੁਣ ਅਸੀਂ ਕਰਾਂਗੇ ਜੀ ਕਿ 12 ਦੇ ਵਿੱਚੋਂ ਪਹਿਲਾਂ ਟੋਪ 5 ਅਸੀਂ ਨਾਮ ਲਵਾਂਗੇ, ਅਤੇ ਉਹਨਾਂ ਟੋਪ 5 ਨੂੰ ਮੈਂ ਰਿਕੁਐਸਟ ਕਰਾਂਗਾ ਕਿ ਉਹ ਸਾਡੇ ਨਾਲ ਇੱਥੇ ਸਟੇਜ ਦੇ ਉੱਤੇ ਆਉਣ, ਅਤੇ ਉਸ ਤੋਂ ਬਾਅਦ ਅੱਗੇ ਦੀ ਜਿਹੜੀ ਕਾਰਵਾਈ ਹੈ ਮੈਂ ਇੱਕ ਇੱਕ ਕਰਕੇ ਤੁਹਾਨੂੰ ਦੱਸਦਾ ਰਹਾਂਗਾ, ਤੁਹਾਨੂੰ ਉਹਦੇ ਨਾਲ ਰੂਬਰੂ ਕਰਵਾਉਂਦਾ ਰਹਾਂਗਾ। ਸੋ ਲੈਟਸ ਕਾਲ ਅਪਾਨ ਦ ਟੋਪ 5 ਆਫ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3।
ਸਭ ਤੋਂ ਪਹਿਲਾਂ ਇਨ ਦ ਟੌਪ 5 ਲਿਸਟ ਲਵਪ੍ਰੀਤ ਕੌਰ ਜੀ, ਸੈਕਿੰਡ ਮ੍ਰਿਦੁਲਾ ਸ਼ਰਮਾ ਜੀ, ਇਸ ਤੋਂ ਬਾਅਦ ਟੌਪ 5 ਦੇ ਵਿੱਚ ਆਈ ਵੁੱਡ ਲਾਈਕ ਟੂ ਕਾਲ ਅਪੋਨ ਰਾਹੁਲ ਰਾਏ। ਟੌਪ 5 ਦੇ ਵਿੱਚ ਸਵਰਨਿਮਾ, the last name in the top 5 list is Amritpal Kaur ji. So zordar taadiyan ho jaan ji inna panjan de layi. Thank you. Te is de naal hi main hun welcome karna chahwanga, kyunki inaam den de layi I would like to call upon on the stage PTC Punjabi Canada de sade director Meenakshi Saxena ji. Ik var zordar taadiyan naal hi ho jaan. And I must say ki eh inna da ek vision siga ki inna ne is show nu eh nahi hon ditta ki hold te rakhiye je edda de health guidelines chaldiyan paiyan ne ya challenges hage ne sade saryan de layi, but kudos to her ki inna ne bahut himmat rakhi, sari team di himmat nu matlab chardi kala vich main keh sakda chardi kala vich hamesha rakhya, koi problem aandi hai ta inna kol ਰੱਬ ਦੀ ਮਿਹਰ ਨਾਲ ਪੜਾ ਨਹੀਂ ਕਿੱਥੋਂ ਸੋਲਿਊਸ਼ਨ ਆ ਜਾਂਦਾ ਜੀ, ਹਰ ਇੱਕ ਚੀਜ਼ ਦਾ ਸੋਲਿਊਸ਼ਨ ਇਹਨਾਂ ਕੋਲ ਹੁੰਦਾ ਸੀਗਾ। ਇੱਕ ਵਾਰ ਜ਼ੋਰਦਾਰ ਤਾੜੀਆਂ ਸਾਡੇ ਡਾਇਰੈਕਟਰ ਮੀਨਾਕਸ਼ੀ ਜੀ ਨੂੰ। ਆਪਾਂ ਸਟੇਜ ਦੇ ਉੱਤੇ ਸੱਦਾ ਦੇਣਾ ਚਾਹਾਂਗੇ ਜੀ ਸਟੋਰ ਓਨਰ ਚਲੋ ਫਰੈਸ਼ਕੋ ਸਟ੍ਰੋਬੇਰੀ ਹਿਲਸ ਰੂਪਾ ਮਾਰਕਸ ਨੂੰ, ਸੋ ਪਲੀਜ਼ ਵੈਲਕਮ ਹਰ, ਇੱਕ ਵਾਰ ਜ਼ੋਰਦਾਰ ਤਾੜੀਆਂ ਉਹਨਾਂ ਲਈ ਜੀ। ਥੈਂਕ ਯੂ ਫੋਰ ਬੀਂਗ ਦੇਅਰ ਵਿਦ ਅਸ, ਅਤੇ ਇੱਕ ਸਪੋਰਟ ਦੀ ਤਰ੍ਹਾਂ ਸਾਡੇ ਸਪੋਂਸਰ ਸਾਡੇ ਇੱਕ ਬੈਕਬੋਨ ਹੁੰਦੇ ਨੇ ਜਿਨ੍ਹਾਂ ਦੀ ਬਦੌਲਤ ਅਸੀਂ ਇਹ ਸ਼ੋਅ ਅੱਗੇ ਲੈ ਕੇ ਆ ਸਕਦੇ ਹਾਂ। ਸੋ ਵੀ ਆਰ ਥੈਂਕਫੁਲ ਟੂ ਆਲ ਆਰ ਸਪੋਂਸਰਸ, ਸੋ ਥੈਂਕ ਯੂ ਰੂਪਾ ਜੀ ਫੋਰ ਬੀਂਗ ਵਿਦ ਅਸ। ਅਤੇ ਹੁਣ ਆਪਾਂ ਇਨਾਮਾਂ ਵੱਲ ਵੱਧਦੇ ਹਾਂ, ਸਭ ਤੋਂ ਪਹਿਲਾਂ ਜਿਹੜਾ ਥਰਡ ਨੰਬਰ ਹੋਏਗਾ, ਫਿਰ ਸੈਕਿੰਡ ਨੰਬਰ 'ਤੇ ਕੌਣ ਹੈ, ਦੈਨ ਟੂਵਰਡਸ ਵਿਨਰ। ਸੋ ਸਰ ਨਾਮ ਲੈਣਗੇ, ਸਭ ਤੋਂ ਪਹਿਲਾਂ ਸੈਕਿੰਡ ਰਨਰ ਅਪ ਯਾਨੀ ਕਿ ਥਰਡ ਪੋਜੀਸ਼ਨ ਸੈਕਿੰਡ ਰਨਰ ਅਪ ਕੌਣ ਨੇ, ਅਤੇ ਉਹਨਾਂ ਨੂੰ ਮੈਂ ਦੱਸ ਦਿੰਦਾ ਕੀ ਮਿਲਣ ਵਾਲਾ ਹੈ, ਇੱਕ ਟਰੋਫੀ ਐਂਡ $2,000 ਗਰੋਸਰੀ ਗਿਫਟ ਵਾਊਚਰ ਬਾਏ ਚਲੋ ਫਰੈਸ਼ਕੋ। ਐਂਡ ਦਾ ਸੈਕਿੰਡ ਰਨਰ ਅਪ ਅਤੇ ਉਹਦਾ ਨਾਮ ਹੈ ਰਾਹੁਲ ਰਾਏ। ਸੋ ਹੇਅਰ ਵੀ ਗੋ, ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3, ਕੰਗ੍ਰੈਚੁਲੇਸ਼ਨਸ, ਦਾ ਸੈਕਿੰਡ ਰਨਰ ਅਪ ਰਾਹੁਲ ਰਾਏ, ਬਹੁਤ ਬਹੁਤ ਮੁਬਾਰਕਾਂ ਜੀ। ਸਭ ਤੋਂ ਪਹਿਲਾਂ ਟਰੋਫੀ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦੀ। ਫਸਟ ਰਨਰ ਅਪ ਦੀ ਗੱਲ, ਫਸਟ ਰਨਰ ਅਪ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਇਜ਼ ਅੰਮ੍ਰਿਤਪਾਲ ਜੀ। ਕੰਗ੍ਰੈਚੁਲੇਸ਼ਨ। ਆਲ ਰਾਈਟ, ਧੜਕਣਾ ਮੇਰੇ ਖਿਆਲ ਤੇਜ਼ ਹੋਣੀਆਂ ਨੇ ਕਿਉਂਕਿ ਹੁਣ ਸਾਡੇ ਕੋਲ ਦੋ ਵਿਨਰਸ ਅਸੀਂ ਅਨਾਊਂਸ ਕਰ ਚੁੱਕੇ ਹਾਂ, ਸੈਕਿੰਡ ਰਨਰ ਅਪ ਐਂਡ ਫਸਟ ਰਨਰ ਅਪ, ਅਤੇ ਬਾਕੀ ਰਹਿੰਦਿਆਂ ਦੇ ਵਿੱਚੋਂ ਅਸੀਂ ਹੁਣ ਵਿਨਰ ਅਨਾਊਂਸ ਕਰਨਾ। ਸੋ ਕੌਣ ਕੌਣ ਨੇ ਜੀ ਇੱਧਰੋਂ ਦੀ, ਲਵਪ੍ਰੀਤ ਜੀ ਨੇ, ਸਵਰਨਿਮਾ ਜੀ ਨੇ ਅਤੇ ਮ੍ਰਿਦੁਲਾ ਜੀ ਨੇ। ਆਲ ਰਾਈਟ, ਆਪਾਂ ਜ਼ਿਆਦਾ ਤੁਹਾਡੀ ਵੇਟ ਨਹੀਂ ਕਰਵਾਵਾਂਗੇ ਤੁਹਾਨੂੰ, ਸੋ ਲੈਟਸ ਕਾਲ ਦਾ ਵਿਨਰ ਆਫ ਕੈਨੇਡਾ ਦੇ ਸੁਪਰ ਸ਼ੈਫ season 3 and the winner is
ਲਵਪ੍ਰੀਤ ਕੌਰ। ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦੀ ਜਿਹੜੀ ਭਾਲ ਸੀਗੀ ਉਹ ਇੱਥੇ ਖਤਮ ਹੁੰਦੀ ਹੈ। ਲਵਪ੍ਰੀਤ ਕੌਰ ਜੀ ਨੇ ਵਿਨਰ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦੇ ਅ ਟਰਾਫੀ ਫਰੋਮ ਪੀਡੀਸੀ ਪੰਜਾਬੀ ਕੈਨੇਡਾ ਐਂਡ $8,000 ਫਰੋਮ ਚਲੋ ਫਰੈਸ਼ਕੋ। ਸੋ ਆਈ ਵੁੱਡ ਕੰਗ੍ਰੈਚੁਲੇਸ਼ਨਸ ਥੈਂਕ ਯੂ ਬਾਸਕਿਟ ਵੀ ਚਲੋ ਫਰੈਸ਼ਕੋ ਦੀ ਤਰਫੋਂ ਐਂਡ ਵਾਂਸ ਅਗੇਨ ਮੈਨੀ ਕੰਗ੍ਰੈਚੁਲੇਸ਼ਨਸ। ਇੱਕ ਵਾਰ ਜ਼ੋਰਦਾਰ ਤਾੜੀਆਂ ਤੁਹਾਡੇ ਕੋ ਕੰਟੈਸਟੈਂਟ, ਇਹ ਜੋਸ਼ ਭਰਨਾ ਚਾਹੀਦਾ। ਸੋ ਜ਼ੋਰਦਾਰ ਤਾੜੀਆਂ ਮ੍ਰਿਦੁਲਾ ਜੀ ਲਈ ਵੀ ਅਤੇ ਸਵਰਨਿਮਾ ਜੀ ਲਈ ਵੀ। ਟੌਪ 5 ਦੇ ਵਿੱਚ ਇਹਨਾਂ ਨੇ ਜਗ੍ਹਾ ਬਣਾਈ ਹੈ ਅਤੇ ਹੁਣ ਜਿੱਦਾਂ ਕਿ ਆਪਾਂ ਤੁਹਾਨੂੰ ਕਿਹਾ ਸੀਗਾ ਕਿ ਇਨਾਮਾਂ ਮੁਬਾਰਕਾਂ ਜੀ। ਸੋ ਵਰਥ $2,300 ਗਿਫਟ ਵਾਊਚਰ ਫਰੋਮ ਕਿਸਮਤ ਸਟੇਟ ਵਾਈਨਰੀ। ਓਕੇ ਥੈਂਕ ਯੂ ਸੋ ਮਚ ਐਂਡ ਕੰਗ੍ਰੈਚੁਲੇਸ਼ਨਸ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਲੱਕੀ ਵਿਨਰ ਨੇ। ਅਤੇ ਮੈਂ ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਅਸੀਂ ਇਨਾਮ ਰੁਕਣ ਨਹੀਂ ਦੇਣੇ ਹੈਗੇ, ਅਤੇ ਵਿਕਰਮ ਵਿਜ ਸਰ ਨੇ ਵੀ ਕਿਹਾ ਕਿ ਤੁਸੀਂ ਸਾਰੇ ਹੀ ਵਿਨਰਸ ਹੋ। ਸੋ ਚਲੋ ਫਰੈਸ਼ਕੋ ਦੀ ਤਰਫੋਂ ਤੁਹਾਡੇ ਸਾਰਿਆਂ ਲਈ ਗਿਫਟ ਬਾਸਕਿਟ ਹੈ। ਸੋ ਆਈ ਵੁੱਡ ਲਾਈਕ ਟੂ ਕਾਲ ਅਪੋਨ ਵਨ ਬਾਏ ਵਨ, ਅਤੇ ਰੂਪਾ ਜੀ ਨੂੰ ਮੈਂ ਇੱਕ ਵਾਰ ਫਿਰ ਤੋਂ ਰਿਕੁਐਸਟ ਕਰਦਾ, ਪਲੀਜ਼ ਕਮ ਔਨ ਦਾ ਸਟੇਜ ਐਂਡ ਇੱਕ ਵਾਰ ਤਾੜੀਆਂ ਰੂਪਾ ਜੀ ਲਈ ਵੀ ਹੋ ਜਾਣ। ਚਲੋ ਹੁਣ ਇਹਦੇ ਨਾਲ ਹੀ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਕੈਨੇਡਾ ਦੇ ਸੁਪਰ ਸ਼ੈਫ ਸੀਜ਼ਨ 3 ਦਾ ਜਿਹੜਾ ਸਫ਼ਰ ਸੀ ਮੁਕੰਮਲ ਹੁੰਦਾ ਹੈ, ਅਤੇ ਸਾਨੂੰ ਕੈਨੇਡਾ ਦੇ ਸੁਪਰ ਸ਼ੈਫ ਦੇ ਸਾਰੇ ਹੀ ਵਿਨਰਸ ਮਿਲ ਚੁੱਕੇ ਨੇ। ਇਹ ਜਿਹੜਾ ਇੱਕ ਪਰਿਵਾਰ ਬਣ ਕੇ ਮੇਰੇ ਖਿਆਲ 'ਚ ਹਮੇਸ਼ਾ ਆਪਾਂ ਇਕੱਠੇ ਰਹਾਂਗੇ ਜੀ। ਅਗਲੇ ਸਾਲ ਹੋਰ ਜੋਸ਼ ਦੇ ਨਾਲ, ਹੋਰ ਜਜ਼ਬਾਤਾਂ ਦੇ ਨਾਲ,
ਤੇ ਹੋਰ ਸਵਾਦ ਨਾਲ ਭਰਪੂਰ ਕੈਨੇਡਾ ਦੇ ਸੁਪਰ ਸ਼ੈਫ ਲੈ ਕੇ ਹਾਜ਼ਰ ਹੋਵਾਂਗੇ। ਟਿਲ ਦੈਨ ਆਪਣੇ ਪਿਆਰ ਵਿੱਚ ਕਮੀ ਨਾ ਆਣ ਦਿਓ, ਪਿਆਰ ਭਰਪੂਰ ਹੋਣਾ ਚਾਹੀਦਾ, ਮਸਾਲੇ ਘੱਟ ਵੱਧ ਵੀ ਹੋ ਸਕਦੇ ਨੇ। ਸੋ ਕੀਪ ਵਾਚਿੰਗ ਕੈਨੇਡਾ ਦੇ ਸੁਪਰ ਸ਼ੈਫ। ਇੱਕ ਵਾਰ ਜ਼ੋਰਦਾਰ ਤਾੜੀਆਂ ਸਾਰੇ ਵਿਨਰਸ ਲਈ ਐਂਡ ਫॉर द टीम ऑफ पीडीसी पंजाबी कनाडा।